ਤੁਹਾਨੂੰ ਮਿਹਨਤ ਨਾਲ ਕਿੰਨਾ ਕ ਮਿਲਦਾ ਸੀਗਾ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਪੈਸੇ ਮਿਲਦੇ ਔਰ ਜੇ ਹੋਣਗੇ ਵੀ ਤਾਂ 1-2% ਹੋਣਗੇ ਕੋਸ਼ਿਸ਼ ਨੂੰ ਫਲ ਵੀ ਲੱਗਿਆ ਪਰ ਉਹਨਾਂ ਨੇ ਲੱਗਿਆ ਕਿ ਜਿਸ ਨਾਲ ਮੈਂ ਆਪਣਾ ਪਰਿਵਾਰ ਚਲਾ ਸਕਾਂ ਮੈਨੂੰ ਜਿਹੜੇ ਵੱਡੇ ਸਟਾਰ ਹਨ ਉਹਦੇ ਪਿੱਛੇ ਖੜਨਾ ਪੈਣਾ ਤੇ ਉਹ ਤੁਹਾਨੂੰ ਲੱਗੇ ਵੀ ਖੜਨ ਨਹੀਂ ਦਿੰਦੇ ਬੰਬੇ ਦੇ ਵਿੱਚ ਮੈਂ ਕੁਝ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਮਿਲਿਆ ਜਿਨ੍ਹਾਂ ਜਿਹੜੇ ਜਵਾਨੀ ਚ ਆਏ ਸੀ ਤੇ ਬੁੜੇ ਹੋ ਗਏ ਉੱਥੇ ਉਹਨਾਂ ਦਾ ਕੁਝ ਨਹੀਂ ਬਣਿਆ ਕੀ ਇਹ ਗੱਲਾਂ ਸੱਚੀਆਂ ਨੇ ਕਿ ਥੋੜਾ ਜਿਹਾ ਕਿਤੇ ਨਾ ਕਿਤੇ ਪੱਖਪਾਤ ਦੀ ਹੋ ਜਾਂਦਾ ਹੈ ਗੈਵੀ ਤੇ ਮੈਂ ਅੱਜ ਤੱਕ ਦੋਨਾਂ ਨੇ ਜੋ ਇਕੱਠਾ ਕੀਤਾ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਪਰ ਮਹਿੰਦੀ ਵਾਲੇ ਹੱਥ ਤੋਂ ਬਾਅਦ ਅੱਜ ਤੱਕ ਕਦੀ ਵੀ ਕਿਸੇ ਨੇ ਸਾਨੂੰ ਕੱਟਿਆਂ ਨੂੰ ਬਰੋਚ ਨਹੀਂ ਕੀ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਰੇੜੀਆਂ ਤੇ ਵੀ ਵੀਜ਼ੇ ਵੇਚਣ ਲੱਗ ਗਏ ਆ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਖਿਆਲ ਸ਼ੁਰੂ ਤੋਂ ਹੀ ਇੱਕ ਨਵਾਂ ਜਿਹਾ ਕੀ ਮੈਂ ਇੱਕ ਅਣਜਾਣ ਮੌਤ ਨੂੰ ਮਰਦਾ ਹਾਂ ਪਾਧੀ ਹਜ਼ਰ ਚਾਚ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਚ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਰਮਨ ਥੇਲਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਟਾਣਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਹੀ ਵਧੀਆ ਚੜ੍ਹਦੀ ਕਲਾ ਜੀ ਜਿੰਦਾਬਾਦ ਅੱਜ ਫਿਰ ਤੋਂ ਖਾਸ ਕਿਸ਼ਤ ਲੈ ਕੇ ਹਾਜ਼ਰ ਬਿਲਕੁਲ ਜੀ ਅੱਜ ਬੜੀ ਪਿਆਰੀ ਵੱਖਰੀ ਤੇ ਨਿਆਰੀ ਜੀ ਕਿਸ਼ਤ ਹੋਊਗੀ ਜੀ ਉਹਦਾ ਕਾਰਨ ਇਹ ਆ ਵੀ ਜਦੋਂ ਅਸੀਂ ਹੁਣ ਤੋਂ ਕੁਝ ਕ ਬਰੇ ਪਹਿਲਾਂ ਮੇਰਾ ਖਿਆਲ ਆ ਵੀ ਜੇ ਆਪਾਂ ਡੇਢ ਕਿ ਦਹਾਕੇ ਦੇ ਵੱਲ ਜਾਂ ਉਸ ਤੋਂ ਵੀ ਥੋੜੇ ਜਿਹਾ ਘੱਟ ਸਮੇਂ ਦੇ ਵਾਲੇ ਝਾਤ ਮਾਰ ਗਏ ਤਾਂ ਟੀਵੀ ਦੇ ਉੱਤੇ ਚੈਨਲ ਦੇ ਉੱਤੇ ਚੈਨਲ ਦੇ ਉੱਤੇ ਕਹਿੰਦਾ ਮੈਂ ਚੈਨਲਾਂ ਦੇ ਉੱਤੇ ਨਹੀਂ ਚੈਨਲ ਦੇ ਉੱਤੇ ਇੱਕ ਚਿਹਰਾ ਬਹੁਤ ਮਕਬੂਲ ਰਿਹਾ ਸਹੀ ਉਦੋਂ ਜਦੋਂ ਗਾਣਿਆਂ ਦੀ ਵੀਡੀਓ ਬਣਦੀ ਸੀ ਤੇ ਹਰ ਗਾਣੇ ਦੇ ਵਿੱਚ ਤੁਰੰਤ ਤਕਰੀਬਨ ਉਸ ਚਿਹਰੇ ਨੂੰ ਦੇਖਿਆ ਜਾਂਦਾ ਸੀ ਹੂੰ ਤੇ ਉਹ ਨਾਂ ਸੀ ਗੋਲਡੀ ਹੂੰ ਰਾਜਵਿੰਦਰ ਸੁਮਲ ਜੀ ਉਹਦਾ ਕੱਚਾ ਨਾਂ ਗੋਲਡੀ ਤੇ ਗੋਲਡੀ ਦੇ ਨਾਂ ਦੇ ਕਰਕੇ ਤੇ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਉਸ ਮੁੰਡੇ ਦਾ ਚਿਹਰਾ ਉਹਦਾ ਕਦ ਉਹਦਾ ਪ੍ਰਭਾਵ ਉਹਦੀ ਅਦਾਇਗੀ ਬੜੀ ਪ੍ਰਚਲਿਤ ਹੋਈ ਪਰ ਪਤਾ ਹੀ ਨਹੀਂ ਕਿਹੜੇ ਕਾਰਨਾਂ ਜਿਹਦੇ ਕਰਕੇ ਬਾਅਦ ਦੇ ਵਿੱਚ ਗੋਲਡੀ ਦਿਸਣੋਂ ਹਟ ਗਿਆ ਜੀ ਪਰ ਹਾਲੇ ਵੀ ਹਾਲੇ ਵੀ ਜਦੋਂ ਕਿਤੇ ਕੋਈ ਉਹਨਾਂ ਨੂੰ ਵੇਖਦਾ ਹੈ ਤੇ ਉਹ ਦੌਰ ਚੇਤੇ ਆਉਂਦਾ ਹਾਲੇ ਵੀ ਉਹ ਗੱਲਾਂ ਚੇਤੇ ਆਉਂਦੀਆਂ ਨੇ ਉਹ ਗੀਤ ਚੇਤੇ ਆਉਂਦੇ ਨੇ ਪਰ ਕੀ ਕਾਰਨ ਹੋਇਆ ਕਿ ਇਸ ਸਨਤ ਤੋਂ ਪਾਸੇ ਹੋ ਗਏ ਕਿਉਂ ਇੰਨੇ ਇੰਨਾ ਚਿਰ ਗਾਇਬ ਰਹੇ ਹੁਣ ਕਿੱਥੇ ਹੁੰਦੇ ਨੇ ਇਹ ਸਾਰੀਆਂ ਗੱਲਾਂ ਅਸੀਂ ਉਹਨਾਂ ਨਾਲ ਬਿਲਕੁਲ ਜੀ ਉਹਨਾਂ ਮਿਲਿਆਂ ਦੇ ਵਿੱਚ ਵੈਸੇ ਤਿੰਨ ਚਿਹਰੇ ਆ ਜਿਹੜੇ ਉਹ ਬੜੇ ਮਕਬੂਲ ਹੋਏ 골ਡੀ ਗੈਵੀ ਚਾਲ ਤੇ ਅਮਨ ਧਾਲੀਵਾਲ ਸੋ 골ਡੀ ਬਾਈ ਜੀ ਅੱਜ ਸਾਡੇ ਨਾਲ ਨੇ ਬਾਈ ਜੀ ਦਾ ਬਿਲਕੁਲ ਉਹੋ ਜਿਹਾ ਚਿਹਰਾ ਮੋਹਰਾ ਭਾਵੇਂ ਇਹਨਾਂ ਨੂੰ ਅੱਜ ਫਿਲਮਾਂ ਦੇ ਵਿੱਚ ਲੈ ਲੋ ਬਾਈ ਜੀ ਦਾ ਬਿਲਕੁਲ ਉਹੀ ਪ੍ਰਭਾਵ ਭਾਵੇਂ ਅੱਜ ਇਹਨਾਂ ਨੂੰ ਪਰਖ ਕੇ ਵੇਖ ਲੋ ਬਿਲਕੁਲ ਬਾਈ ਜੀ ਦਾ ਬਿਲਕੁਲ ਉਹੀ ਅੰਦਾਜ਼ ਜਿਹੜਾ ਕਿ ਅਸੀਂ ਗੀਤਾ ਦੇ ਵਿੱਚ ਵੇਖਦੇ ਹੁੰਦੇ ਸੀ ਜਿਹੜਾ ਕਿ ਅਸੀਂ 2-3 ਫਿਲਮਾਂ ਦੇ ਵਿੱਚ ਦੇਖਿਆ ਸੋ ਬਾਈ ਜੀ ਨੂੰ ਪੁੱਛਾਂਗੇ ਬਾਈ ਜੀ ਗੱਲ ਕੀ ਬਣ ਗਈ ਕੂਣੀ ਮੋੜਕਾ ਤੋਂ ਕੱਟ ਲਿਆ ਕੀ ਕਾਰਨ ਸੀ ਜੀ ਅੱਜ ਅੰਦਰੋਂ ਕੁਰੇਦ ਕੇ ਵੇਖਦੇ ਮੜਾ ਜਾ ਜੀ ਤੇ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਰਣਾ ਸਾਹਿਬ ਤੇ ਹਰਮਨ ਸਿੰਘ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀਆਂ ਕੁਝ ਗੱਲਾਂ ਚੱਜਦਾ ਵਿਚਾਰ ਸੁਣਨ ਵਾਲੇ ਸਰੋਤੇ ਅੱਗੇ ਆਪਣੇ ਆਪ ਨੂੰ ਕੁਝ ਆਪਣੀ ਲਾਈਫ ਬਾਰੇ ਕੁਝ ਦੱਸ ਸਕਾਂ ਤੇ ਬਾਕੀ ਦੀ ਗੱਲ ਕੀ ਮੈਂ ਕਿੱਥੇ ਸੀ ਕਿਉਂ ਕਿਤੇ ਚਲਾ ਗਿਆ ਇਹ ਕਾਫੀ ਡੂੰਗਾ ਮਸਲਾ ਹੈ ਇਹਦੇ ਬਾਰੇ ਜਿੱਦ ਜਿੱਦਾਂ ਤੁਸੀਂ ਪੁੱਛਦੇ ਰਹੋਗੇ ਮੈਂ ਤੁਹਾਨੂੰ ਦੱਸਦਾ ਰਹੂੰਗਾ ਪਹਿਲਾ ਮਸਲਾ ਤਾਂ ਇਹ ਹੀ ਆ ਵੀ ਜਦੋਂ ਤੁਸੀਂ ਗੀਤਾਂ ਦੇ ਵਿੱਚ ਆਉਂਦੇ ਸੀ ਨਾ ਤੇ ਜਦੋਂ ਐਂਜੇ ਕਰਕੇ ਤੁਸੀਂ ਐਂਜੇ ਕਰਕੇ ਨਣਾਲੀ ਬਾਰੀ ਖੋਲਦੇ ਸੀ ਉਹ ਸਾਨੂੰ ਲੱਗਦਾ ਸੀ ਵੀ ਯਾਰ ਗੱਲਬਾਤ ਹੈ ਸਾਨੂੰ ਤਾਂ ਐਂਜੇ ਕਰਨਾ ਨਹੀਂ ਸੀ ਆਉਂਦਾ ਤੇ ਨਾ ਹੀ ਅੱਜ ਤੱਕ ਆਇਆ ਪਰ ਜਦੋਂ ਤੁਸੀਂ ਐਂਜੇ ਕਰਦੇ ਹੁੰਦੇ ਸੀ ਐ ਨੱਚਕੇ ਜਿਵੇਂ ਵਿਖਾਉਂਦੇ ਹੁੰਦੇ ਸੀ ਗੱਲ ਹੋਰ ਹੁੰਦੀ ਸੀ ਉਦੋਂ ਇਉਂ ਲੱਗਦਾ ਸੀ ਕਿ ਇਹ ਮੁੰਡਾ ਬਹੁਤ ਦੂਰ ਤੱਕ ਜਾਊਗਾ ਬੜਾ ਲੰਮਾ ਸਫ਼ਰ ਤੈਅ ਕਰੂਗਾ ਤੇ ਕੀਤਾ ਵੀ ਹਾਂਜੀ 1.5 200 ਵੀਡੀਓਜ਼ ਦੇ ਵਿੱਚ ਕੰਮ ਕੀਤਾ ਕਈ ਫਿਲਮਾਂ 'ਚ ਕੰਮ ਕੀਤਾ ਫਿਰ ਅਚਾਨਕ ਗੋਲਡੀ ਛੁਪਣਛੋਤ ਹੋ ਗਿਆ ਵਜ੍ਹਾ ਕੀ ਬਣ ਗਈ ਐਕਚੁਅਲੀ ਮੈਂ ਜਿਹੜਾ ਕੈਰੀਅਰ ਸੀਗਾ ਉਹ ਸਟਾਰਟ ਕੀਤਾ 2001 ਦੇ ਵਿੱਚ ਸਭ ਤੋਂ ਪਹਿਲਾਂ ਮੈਂ ਮਿਸਟਰ ਨਾਰਥ ਇੰਡੀਆ ਬਣਿਆ ਫਿਰ ਮੈਂ ਗ੍ਰੈਸ ਅਮੈਂਡਸ ਇੰਡੀਆ 'ਚ ਪਾਰਟਿਸਿਪੇਟ ਕੀਤਾ ਫਿਰ ਮੈਂ ਪੰਜਾਬੀ 뮤직 ਵੀਡੀਓਜ਼ ਦੇ ਵੱਲੋਂ ਆਪਣਾ ਰੁਖ ਕੀਤਾ ਕਿ ਮੈਂ ਚਾਹੁੰਦਾ ਸੀਗਾ ਕਿ ਇਸ ਲਾਈਨ ਦੇ ਵਿੱਚ ਮੈਂ ਕੁਝ ਕਰਾਂ ਕਿਉਂਕਿ ਮੈਂ ਇੱਕ ਇਸ ਤਰ੍ਹਾਂ ਦੀ ਜ਼ਿੰਦਗੀ ਚਾਹੁੰਦਾ ਸੀਗਾ ਕਿ ਜੇ ਮੈਨੂੰ ਪਰਮਾਤਮਾ ਨੇ ਇੱਕ ਏਦਾਂ ਦੀ ਪਰਸਨੈਲਿਟੀ ਦਿੱਤੀ ਆ ਕਿ ਲੋਕੀ ਕਹਿੰਦੇ ਆ ਕਿ ਸੋਹਣਾ ਸ਼ਰੀਰ ਐ ਸੋਹਣਾ ਸੁਨੱਖਾ ਮੁੰਡਾ ਲੱਗਦਾ ਤੂੰ ਤੇ ਮੈਨੂੰ ਲੱਗਿਆ ਕਿ ਇਹ ਜਿਹੜੀ ਇੰਡਸਟਰੀ ਆ ਮੈਨੂੰ ਅਪਣਾ ਲੇਗੀ ਤੇ ਅਪਣਾਇਆ ਵੀ ਮੈਂ ਵੀਡੀਓਜ਼ ਸ਼ੁਰੂ ਕੀਤੇ ਔਰ ਕਾਫੀ 뮤직 ਆਪਣੇ ਵੀਡੀਓ ਡਾਇਰੈਕਟਰਜ਼ ਨਾਲ ਮੈਂ ਕੰਮ ਕੀਤਾ ਆਲਮੋਸਟ ਸਾਰੇ ਵੀਡੀਓ ਡਾਇਰੈਕਟਰਜ਼ ਨਾਲ ਮੈਂ ਕੰਮ ਕੀਤਾ ਸਾਰੇ ਸਿੰਗਰਜ਼ ਜਿਹੜੇ ਚਰਚਿਤ ਚਿਹਰੇ ਹੈਗੇ ਵੀ ਐ ਉਹਨਾਂ ਨਾਲ ਵੀ ਮੈਂ ਕੰਮ ਕੀਤਾ ਪਰ ਕਰਦੇ ਕਰਦੇ ਇਹ ਸੀਗਾ ਕਿ ਮੈਂ ਆਪਣੇ ਆਪ ਨੂੰ ਜਿੰਨਾ ਲੋਕਾਂ ਤੱਕ ਪਹੁੰਚਾ ਸਕਾਂ ਬਟ ਉਦੋਂ ਮਾਧਿਅਮ ਜਿਹੜਾ ਹੁੰਦਾ ਸੀ ਉਹ ਸਿਰਫ ਟੀਵੀ ਸੀ ਹਾਂ ਔਰ ਉਦੋਂ ਦੋ ਤਿੰਨ ਚੈਨਲ ਹੀ ਹੁੰਦੇ ਸੀਗੇ ਜਿਨ੍ਹਾਂ ਦੇ ਉੱਤੇ ਸਾਡੇ ਵੀਡੀਓਜ਼ ਜਿਹੜੇ ਸੀਗੇ ਉਹ ਦਿਖਾਈ ਦਿੰਦੇ ਸੀਗੇ ਉਹਦੇ ਵਿੱਚੋਂ ਵੀ ਦੂਰਦਰਸ਼ਨ ਸਭ ਤੋਂ ਵੱਧ ਹਾਂਜੀ ਤੇ ਪਰ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਇੰਨਾ ਕਿ YouTube ਜਾਂ TikTok ਜਾਂ ਇਹ ਚੀਜ਼ਾਂ ਉਦੋਂ ਨਹੀਂ ਸੀਗੀ ਤਾਂ ਉਸ ਟਾਈਮ ਉਹਨਾਂ ਉਹਨਾਂ ਉੱਤੇ ਹੀ ਸੀਗੇ ਔਰ ਉਦੋਂ ਦੇ ਜਿਹੜੇ ਫੈਨਸ ਕਹਿ ਲੋ ਜਾਂ ਦੋਸਤ ਕਹਿ ਲੋ ਜਾਂ ਪਿਆਰ ਕਰਨ ਵਾਲੇ ਕਹਿ ਲੋ ਤੇ ਉਹ ਵਾਲਾ ਪਿਆਰ ਵੀ ਮੈਂ ਅੱਜ ਬਹੁਤ ਮਿਸ ਕਰਦਾ ਕਿਉਂਕਿ ਕੀ ਹੁੰਦਾ ਕਿ ਤੁਸੀਂ ਜਦੋਂ ਇੰਨਾ ਚਿਰ ਸਕਰੀਨ ਤੇ ਰਹੇ ਹੋ ਮੋ ਔਰਤਾਂ ਨੂੰ ਲੋਕੀ ਪਛਾਣਦੇ ਹੋਣ ਪਿਆਰ ਕਰਦੇ ਹੋਣ ਅੱਜ ਵੀ ਇੰਨਾ ਆਲਮੋਸਟ ਮੈਂ 10 11 ਸਾਲ ਹੋ ਗਏ ਮੈਂ ਲਾਸਟ ਫਿਲਮ ਕੀਤੀ ਸੀ 2014 ਦੇ ਵਿੱਚ ਹੂੰ ਉਸ ਤੋਂ ਬਾਅਦ ਮੈਂ ਕੁਝ ਪਰਿਵਾਰਕ ਉਜੇਵੇਂ ਕਹਿ ਲਓ bizness establishement ਕਹਿ ਲਓ ਤੇ ਉਹਨਾਂ ਕਰਕੇ ਮੈਂ ਥੋੜਾ ਦੂਰ ਹੋ ਗਿਆ ਬਟ ਹਾਂ ਮੈਂ ਕੋਸ਼ਿਸ਼ ਜ਼ਰੂਰ ਕੀਤੀ ਔਰ ਕੋਸ਼ਿਸ਼ ਨੂੰ ਫਲ ਵੀ ਲੱਗਿਆ ਪਰ ਉਹਨਾਂ ਨਹੀਂ ਲੱਗਿਆ ਕਿ ਜਿਸ ਦੇ ਨਾਲ ਮੈਂ ਆਪਣਾ ਪਰਿਵਾਰ ਚਲਾ ਸਕਾਂ ਹੂੰ بس ਇਹੀ ਕਾਰਨ ਹੈ। ਬੜੀ ਚੀਜ਼ ਵੇਖਣ ਨੂੰ ਤਾਂ ਜਿਵੇਂ ਮੈਂ ਅੱਜ ਦੇ ਦੌਰ ਦੀ ਜੇ ਗੱਲ ਕਰਾਂ ਅੱਜ ਬਹੁਤੇ ਮੁੰਡੇ ਕੁੜੀਆਂ ਚਾਹੁੰਦੇ ਨੇ ਕਿ ਉਹ ਇਸ ਸੰਨਤ ਦੇ ਵਿੱਚ ਪੈਰ ਧਰਾਵਾ ਕਰਨ ਹੈ ਨਾ ਤੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਇਸ ਸੰਨਤ ਦੇ ਵਿੱਚ ਤਾਂ ਪੈਸਾ ਹੀ ਬਹੁਤ ਹੈ ਇਸ ਸੰਨਤ ਦੇ ਵਿੱਚ ਤਾਂ ਰੱਜ ਕੇ ਰੋਟੀ ਖਾਣ ਦੇ ਅਫਸਰ ਬਹੁਤ ਸਾਰੇ ਨੇ ਪਰ ਤੁਸੀਂ ਕਹਿ ਰਹੇ ਹੋ ਕਿ ਉਹਦੇ ਨਾਲ ਪਰਿਵਾਰ ਨਹੀਂ ਸੀ ਪੜ ਰਿਹਾ ਇਹ ਦੋਵੇਂ ਗੱਲਾਂ ਆਪਸ ਦੇ ਵਿੱਚ ਮੇਲ ਨਹੀਂ ਖਾਂਦੀਆਂ ਸੋ ਕੀ ਇਹ ਕਾਰਨ ਹੈ ਕਿ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਵਿੱਚ ਇਹ ਗਲਤਫਹਿਮੀ ਹੈ ਕਿ ਵਾਕਿਆ ਅਸਲੀਅਤ ਹੈ ਜੋ ਤੁਸੀਂ ਕਹਿ ਰਹੇ ਹੋ। ਹਕੀਕਤ ਇਹ ਹੈ ਕਿ ਜਿੰਨਾ ਚਿਰ ਤੁਸੀਂ ਫੇਮਸ ਨਹੀਂ ਹੁੰਦੇ ਅੱਜ ਦਾ ਦੌਰ ਤੇ ਉਦੋਂ ਦੇ ਦੌਰ ਚ ਸਭ ਤੋਂ ਵੱਡਾ ਫਰਕ ਹੈਗਾ ਲਾਈਕਸ ਐਂਡ ਫਾਲੋਅਰਸ ਆ ਜੀ ਉਸ ਟਾਈਮ ਦੇ ਉੱਤੇ ਆ ਲਾਈਕਸ ਫਾਲੋਅਰਸ ਵਾਲੀ ਗੇਮ ਨਹੀਂ ਸੀ ਅੱਜ ਕੀ ਹੈ ਕਿ YouTube ਦੇ ਉੱਤੇ ਕੋਈ ਵੀ ਆਪਣੀ ਜਿਹੜੀ ਕਲਾ ਆ ਉਹਨੂੰ ਦਿਖਾ ਸਕਦਾ ਬਹੁਤ ਸਾਰੇ ਜਿਹੜੇ ਇਸ ਇੰਡਸਟਰੀ ਦੇ ਨਾਲ ਕੰਮ ਕਰ ਰਹੇ ਲੋਕੀ ਆ ਉਹਨਾਂ ਤੱਕ ਆਪਣੀ ਕਲਾ ਨੂੰ ਪਹੁੰਚਾ ਸਕਦਾ ਬਟ ਉਸ ਟਾਈਮ ਦੇ ਉੱਤੇ ਇਹ ਚੀਜ਼ ਨਹੀਂ ਸੀ ਹੂੰ ਉਸ ਟਾਈਮ ਦੇ ਉੱਤੇ ਤੁਹਾਨੂੰ ਪਹਿਲਾਂ ਕੰਮ ਕਰਦੇ ਰਹਿਣਾ ਪੈਂਦਾ ਸੀਗਾ ਤੁਹਾਨੂੰ ਚਾਂਸ ਹੀ ਮਿਲ ਰਹੇ ਸੀਗੇ ਹਮਮ ਔਰ ਸਾਡੇ ਦਿਲ 'ਚ ਹੁੰਦਾ ਸੀਗਾ ਕਿ ਚਲੋ ਚਾਂਸ ਹੈ ਕੋਈ ਉਸ ਤਰ੍ਹਾਂ ਦਾ ਚਿਹਰਾ ਮੈਨੂੰ ਦੇਖ ਲੇਗਾ ਕੋਈ ਉਸ ਤਰ੍ਹਾਂ ਦਾ ਡਾਇਰੈਕਟਰ ਕੋਈ ਰਾਈਟਰ ਕੋਈ ਪ੍ਰੋਡਿਊਸਰ ਮੈਨੂੰ ਦੇਖੇਗਾ ਤੇ ਉਹਦੇ ਮਨ ਦੇ ਵਿੱਚ ਆਏਗਾ ਕਿ ਹਾਂ ਇਹ ਮੁੰਡਾ ਜਿਹੜਾ ਹੈਗਾ ਮੈਂ ਇਸ ਨੂੰ ਇੱਕ ਖਾਸ ਕਿਰਦਾਰ ਦੇ ਵਿੱਚ ਲੈ ਸਕਦਾ ਜੀ ਤੇ ਉਹੀ ਚਾਹਤ ਜਿਹੜੀ ਸੀ ਬਾਰ 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 ਚਾਂਸ ਹੀ ਦੁਆਰੀ ਸੀ ਤੇ ਉਹ ਚਾਂਸ ਕਰਦੇ ਕਰਦੇ ਫਿਰ ਬਟ ਇੱਕ ਟਾਈਮ ਹੁੰਦਾ ਕਿ ਜਿਸ ਟਾਈਮ ਦੇ ਉੱਤੇ ਤੁਸੀਂ ਅਫੋਰਡ ਨਹੀਂ ਕਰ ਸਕਦੇ ਹੋਰ ਟਾਈਮ ਦੇਣਾ ਸਹੀ ਤੇ ਤੁਹਾਨੂੰ ਲੱਗਦਾ ਕਿ ਮੇਰੇ ਲਈ ਜਿਹੜਾ ਮੇਰੀ ਫੈਮਿਲੀ ਇੰਪੋਰਟੈਂਟ ਹੈ ਉਹਨਾਂ ਦੇ ਲਈ ਮੈਂ ਅ ਬਿਜ਼ਨਸ ਸਟੈਬਲਿਸ਼ ਕਰਨਾ ਕਿ ਕੱਲੂ ਮੈਨੂੰ ਇਹ ਨਾ ਮਹਿਸੂਸ ਹੋਵੇ ਕਿ ਸਮਾਂ ਨਿਕਲ ਗਿਆ ਤੇ ਮੈਂ ਉਹਨਾਂ ਲਈ ਕੁਝ ਕਰ ਨਹੀਂ ਸਕਿਆ ਤੇ ਉਦੋਂ ਫਿਰ ਮੈਨੂੰ ਆਪਣੇ ਸ਼ੌਂਕ ਨੂੰ ਥੋੜਾ ਪਿੱਛੇ ਰੱਖਣਾ ਪਿਆ ਤੇ ਉਹ ਅੱਗੇ ਹੈ ਬਟ ਮੈਂ ਅੱਜ ਇਹ ਜ਼ਰੂਰ ਕਹੂੰਗਾ ਕਿ ਅੱਜ ਵੀ ਕਿਤੇ ਨਾ ਕਿਤੇ ਮੈਂ ਇਹੀ ਚਾਹਨਾ ਅੱਜ ਵੀ ਮੈਨੂੰ ਉਡੀਕ ਹੈ ਕਿ ਕੋਈ ਨਾ ਕੋਈ ਡਾਇਰੈਕਟਰ ਕੋਈ ਨਾ ਕੋਈ ਲੇਖਕ ਕਿਸੇ ਨਾ ਕਿਸੇ ਕਿਰਦਾਰ ਦੇ ਵਿੱਚ ਮੈਂ ਜ਼ਰੂਰ ਫਿੱਟ ਹੋਊਂਗਾ ਔਰ ਪਰਮਾਤਮਾ ਬਾਕੀ ਜਿਹੜਾ ਕਹਿੰਦੇ ਹੁੰਦੇ ਨੇ ਨਾ ਕਿ ਫੇਮ ਮਿਲਦਾ ਜੀ ਉਹ ਉਸ ਅਕਾਲਪੁਰਖ ਦੀ ਰਹਿਮਤ ਨਾਲ ਹੀ ਮਿਲਦਾ ਜਦੋਂ ਉਹ ਟਾਈਮ ਆਣਾ ਆ ਉਹ ਆਪੇ ਟੋ ਮਿਲੇ ਬਣ ਜਾਣੇ ਤੇ ਭਾਈ ਜੀ ਪਹਿਲਾ ਮੌਕਾ ਕਿਵੇਂ ਮਿਲਿਆ ਸੀ ਤੇ ਕਿਹੜੇ ਗਾਣੇ ਦੇ ਵਿੱਚ ਆਏ ਸੀ ਕਿਸੇ ਨਾ ਕਿਸੇ ਨੇ ਬਾਹ ਫੜੀ ਹੋਣੀ ਆ ਇਸ ਨੇ ਕਿਆ ਹੋਣਾ ਵੀ ਲੰਮਾ ਲੰਜਾ ਮੁੰਡਾ ਯਾਰ ਕੋਕੇ ਜੜੀ ਜਾਂਦਾ ਇਹ ਤਾਂ ਵੀ ਇਹਨੂੰ ਆਪਾਂ ਲਈਏ ਗਾਣੇ ਦੇ ਵਿੱਚ ਉਹ ਕਿਹੜਾ ਗਾਣਾ ਸੀ ਸਭ ਤੋਂ ਪਹਿਲਾਂ ਮੇਰੇ ਜਿਹੜੇ ਤਾਇਆ ਜੀ ਆ ਉਹ ਹੁਣ ਨਹੀਂ ਰਏ ਇਸ ਦੁਨੀਆ ਵਿੱਚ ਉਹਨਾਂ ਨੇ ਰਵਿੰਦਰ ਗਰੇਵਾਲ ਉਹਨਾਂ ਨੂੰ ਕਿਸੇ ਜਗ੍ਹਾ ਦੇ ਉੱਤੇ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਮੇਰਾ ਬੇਟਾ ਹੈ ਤੇ ਤੁਸੀਂ ਉਹਨੂੰ ਮਿਲੋ ਇੱਕ ਵਾਰੀ ਤੇ ਰਵਿੰਦਰ ਗਰੇਵਾਲ ਭਾਜੀ ਉਸ ਵੇਲੇ ਕਾਫੀ ਚਰਚਾ ਚ ਰਹਿੰਦੇ ਸੀਗੇ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਰਿੰਪੀ ਪ੍ਰਿੰਸ ਇੱਕ ਵੀਡੀਓ ਡਾਇਰੈਕਟਰ ਹੁੰਦੇ ਸੀਗੇ ਬੜੇ ਵੱਡੇ ਡਾਇਰੈਕਟਰ ਸੀ ਹਾਂਜੀ ਤੇ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਮਨਮੋਹਨ ਵਾਰਿਸ ਦਾ Song ਸੀਗਾ ਪੰਜਾਬੀ ਸ਼ੇਰਾ ਹਾਂ ਤੇ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਉਸ ਵੇਲੇ ਦਾਰਾ ਸਿੰਘ ਜੀ ਨਾਲ ਕੰਮ ਕੀਤਾ ਆਪਣੇ ਫਰਸਟ ਮਿਊਜ਼ਿਕ ਵੀਡੀਓ ਦੇ ਵਿੱਚ ਤੇ ਉੱਥੋਂ ਮੇਰੀ ਸ਼ੁਰੂਆਤ ਹੋਈ ਬਹੁਤ ਖੂਬ ਤੇ ਭਾਈ ਜੀ ਕਿੰਨੇ ਸੰਗੀਤ ਵੀਡੀਓ ਦੇ ਵਿੱਚ ਕੰਮ ਕੀਤਾ ਹੋਗਾ ਅੰਦਾਜ਼ਾ ਮੈਂ ਅਜੇ ਗਿਣਤੀ ਦੀ ਗੱਲ ਕਰਾਂ ਤੇ ਅ ਰਿਐਲਿਟੀ ਦੇ ਵਿੱਚ ਮੈਂ ਦੱਸ ਨਹੀਂ ਪਾਉਂਗਾ ਹਾਂ ਕਿਉਂਕਿ ਬਹੁਤ ਸਾਰੇ ਗੀਤੇ ਔਰ ਅ ਮੇਰੇ ਕੋਲ ਕੋਈ ਹਿਸਾਬ ਨਹੀਂ ਹੈ ਉਹਨਾਂ ਦਾ ਕਿਉਂਕਿ ਉਸ ਟਾਈਮ ਤੇ YouTube ਵਗੈਰਾ ਜਿਹੀ ਇਹ ਚੀਜ਼ਾਂ ਨਹੀਂ ਸੀ ਕਿ ਤੁਸੀਂ ਕਿਤੇ ਅਪਲੋਡ ਕਰਕੇ ਉਹਨਾਂ ਨੂੰ ਸੇਵ ਕਰ ਲਓ ਤੇ ਕਾਫੀ ਤਾਂ ਮੈਨੂੰ ਯਾਦ ਵੀ ਨਹੀਂ ਹੈਗੇ ਕਿ ਮੈਂ ਕਿੱਥੇ-ਕਿੱਥੇ ਕੰਮ ਕੀਤਾ ਸੀਗਾ ਤੇ ਜੇ ਮੈਂ ਕੱਲੀਆਂ ਫਿਲਮਾਂ ਦੀ ਗੱਲ ਕਰਾਂ ਮੈਂ 5 ਫਿਲਮਾਂ ਕਰ ਚੁੱਕਾ ਹਰ ਫਿਲਮ 'ਚ 8-10 ਗਾਣੇ ਤਾਂ ਹੁੰਦੇ ਹੀ ਐ ਤੇ ਜੇ ਉਹਨੇ ਕੀ ਲਾ ਲੋ ਤਾਂ ਤੁਸੀਂ 50 ਤਾਂ ਉਹੀ ਹੋਗੇ ਨਹੀਂ ਫਿਰ ਮੈਂ ਗਲਤ ਆ ਮੈਂ ਸੋਚਿਆ ਵੀ ਸ਼ਾਇਦ ਤੁਸੀਂ 2 ਜਾਂ 3 ਫਿਲਮਾਂ ਕੀਤੀਆਂ ਪਰ ਤੁਸੀਂ 5 ਕੀਤੀਆਂ ਹਾਂਜੀ ਹੂੰ ਜੀ ਤੇ ਮੈਂ ਹਿੰਦੀ 'ਚ ਵੀ ਕੰਮ ਕੀਤਾ 뮤직 ਵੀਡੀਓਜ਼ 'ਚ ਵੀ ਕੰਮ ਕੀਤਾ ਪ੍ਰਿੰਟ ਐਡ 'ਚ ਵੀ ਕੰਮ ਕੀਤਾ ਹਿੰਦੀ ਦੇ ਵਿੱਚ ਕਿਹੜੀ-ਕਿਹੜੀ ਜਗ੍ਹਾ ਦੇ ਵਿੱਚ ਕੰਮ ਕੀਤਾ ਤੁਸੀਂ ਇੱਕ ਬੁੱਟਾ ਸਿੰਘ ਸ਼ਾਦ ਦੀ ਫਿਲਮ ਸੀਗੀ ਉਹਨਾਂ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਇੱਕ ਜੀਤ ਲੇਗੇ ਜਹਾ ਫਿਲਮ ਸੀਗੀ ਹਿੰਦੀ ਦੀ ਉਹਦੇ ਵਿੱਚ ਕੰਮ ਕੀਤਾ ਬਟ ਜਿਹੜਾ ਬਾਲੀਵੁੱਡ ਦਾ ਅ ਸੀਗਾ ਕਿਉਂਕਿ ਮੈਂ ਜਦੋਂ ਪੰਜਾਬੀ ਫਿਲਮਾਂ 'ਚ ਆਇਆ ਸੀਗਾ ਜੀ ਤੇ ਮੇਰਾ ਜਿਹੜੀ ਡੀਲਡ 올 ਕਹਿ ਲਓ ਜਾਂ ਜਿਹੜਾ ਲੈਂਗੁਏਜ ਤੇ ਕਮਾਂਡ ਕਹਿ ਲਓ ਜਾਂ ਮੇਰਾ ਜਿਹੜਾ ਮਨ ਵੀ ਕਰਦਾ ਸੀ ਮੇਰਾ ਮਨ ਕਰਦਾ ਸੀ ਕਿ ਮੈਨੂੰ ਨਾ ਪੰਜਾਬੀ ਕਰਕੇ ਕੋਈ ਜਾਣੇ ਹਮ ਤੇ ਉਸ ਕਰਕੇ ਮੇਰੀ ਜਿਹੜੀ ਰੂਹ ਸੀਗੀ ਉਹ ਹਮੇਸ਼ਾ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਪੰਜਾਬ ਨਾਲ ਰਿਲੇਟਡ ਕੁਝ ਮਿਲੇ ਮੈਨੂੰ ਤੇ ਮੈਂ ਬਾਲੀਵੁੱਡ 'ਚ ਟਰਾਈ ਕੀਤੀ ਉੱਥੇ ਜਾ ਕੇ ਕੀ ਹੈ ਕਿ ਜਦੋਂ ਇੱਥੋਂ ਤਾਂ ਤੁਸੀਂ ਸਟਾਰ ਹੋ ਜਦੋਂ ਉੱਥੇ ਜਾਂਦੇ ਹੋ ਤੇ ਤੁਹਾਨੂੰ ਫਿਰ ਤੋਂ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਤੁਹਾਨੂੰ ਇਹ ਲੱਗਦਾ ਕਿ ਮੈਨੂੰ ਆ ਜਿਹੜੇ ਵੱਡੇ ਸਟਾਰ ਹਨ ਉਹਨਾਂ ਦੇ ਪਿੱਛੇ ਖੜਨਾ ਪੈਣਾ ਤੇ ਉਹ ਤੁਹਾਨੂੰ ਲਾਗੇ ਵੀ ਖੜਨ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਤੇ ਜੀ ਕੋਈ ਜਗ੍ਹਾ ਨਾ ਲੈ ਲਓ ਹਾਂਜੀ ਉਸ ਕਰਕੇ ਕੀ ਹੁੰਦਾ ਹੈ ਕਿ ਬਾਲੀਵੁੱਡ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਇਟ ਇਜ਼ ਵੈਰੀ ਡਿਫਿਕਲਟ ਤੇ ਪਰ ਮਨੋਂ ਮੈਂ ਕਦੀ ਇਹ ਨਾ ਚਾਇਆ ਨਹੀਂ ਕਿ ਮੈਂ ਬਾਲੀਵੁੱਡ ਦੇ ਵਿੱਚ ਬਹੁਤ ਵੱਡਾ ਸਟਾਰ ਬਣਾ ਮੈਂ ਸਿਰਫ ਮੇਰੀ ਜਿਹੜੀ ਅੱਜ ਵੀ ਜਿਹੜੀ ਹਸਰਤ ਹੈ ਜਾਂ ਜੋ ਮੈਂ ਪਿੱਛੇ ਵੀ ਕਰ ਚੁੱਕਾ ਮੈਂ ਉਹਦੇ ਤੋਂ ਵੀ ਸੈਟੀਸਫਾਈਡ ਹਾਂ ਕਿ ਮੈਨੂੰ ਅੱਜ ਵੀ ਤੁਸੀਂ ਮੰਨੋਗੇ ਮੈਂ ਇੰਨਾ ਟਾਈਮ ਹੋ ਗਿਆ ਜੋ ਤੁਸੀਂ ਸ਼ੁਰੂਆਤ 'ਚ ਵੀ ਕਿਹਾ ਕਿ ਕਿੱਥੇ ਅਲੋਪ ਹੋ ਗਿਆ ਹਮ ਅੱਜ ਵੀ ਮੈਨੂੰ ਜਿੰਨਾ ਕਿ ਵੀ ਮੈਂ ਕੰਮ ਕੀਤਾ ਉਹਦੇ ਕਰਕੇ ਅੱਜ ਵੀ ਮੈਨੂੰ ਲੋਕੀ ਪਛਾਣ ਲੈਂਦੇ ਨੇ ਬਿਲਕੁਲ ਸਹੀ ਸਹੀ ਕਿਹਾ ਤੇ ਜਿਹੜੇ ਸ਼ਾਇਦ ਉਸ ਵੇਲੇ ਬਹੁਤ ਛੋਟੇ ਸੀ ਉਹ ਵੀ ਪਛਾਣ ਲੈਂਦੇ ਬਿਲਕੁਲ ਸਹੀ ਤੇ ਭਈ ਪ੍ਰਮਾਤਮਾ ਦੀ ਮਿਹਰ ਹੀ ਹੈ ਪਰ ਜਦੋਂ ਇਸ ਸਨਦ ਦੇ ਵਿੱਚ ਸ਼ੁਰੂਆਤ ਕਰਨੀ ਹੁੰਦੀ ਹੈ ਬਹੁਤੀ ਵਾਰ ਸੁਣਨ ਨੂੰ ਆਉਂਦਾ ਹੈ ਕਿ ਉਦੋਂ ਪੱਲਿਓ ਹੀ ਪੈਸੇ ਲੱਗਦੇ ਨੇ ਉਦੋਂ ਮਿਹਨਤਾਨਾ ਮਿਲਦਾ ਨਹੀਂ ਉਦੋਂ ਜਿੰਨੇ ਮਿਹਨਤਾਨੇ ਦੀ ਆਸ ਹੁੰਦੀ ਹੈ ਕਿਉਂਕਿ ਤੋਰੀ ਫੁਲਕਾ ਤਾਂ ਹਰ ਇੱਕ ਨੇ ਤੋੜਨਾ ਹੈ ਉਹ ਮਿਲਦਾ ਨਹੀਂ ਤੁਹਾਡੇ ਨਾਲ ਵੀ ਇਹ ਹੋਇਆ ਵੀ ਪੱਲਿਓ ਹੀ ਪੈਸੇ ਲੱਗੇ ਨੇ ਕਿ ਸ਼ੁਰੂਆਤ ਤੋਂ ਹੀ ਮਿਹਨਤਾਨਾ ਮਿਲਦਾ ਪੱਲਿਓ ਪੱਲਿਓ ਪੈਸੇ ਨਹੀਂ ਮੈਂ ਕਹਿ ਸਕਦਾ ਪੱਲਿਓ ਪੈਸੇ ਉੱਥੇ ਲੱਗਦੇ ਕਿਉਂਕਿ ਤੁਹਾਨੂੰ ਵੇਲੇ ਵੇਲੇ ਨਹੀਂ ਕਹਿ ਸਕਦਾ ਮੈਂ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਪੈਸੇ ਨਹੀਂ ਮਿਲ ਰਹੇ ਹੂੰ ਔਰ ਜਦੋਂ ਤੁਹਾਨੂੰ ਪੈਸੇ ਨਹੀਂ ਮਿਲਦੇ ਤਾਂ ਤੁਹਾਨੂੰ ਆਪਣੀ ਜਿਹੜੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਜਿਮ ਜਾਣਾ ਵਧੀਆ ਲਾਉਣਾ ਪਾਉਣਾ ਵਧੀਆ ਜਗ੍ਹਾ ਰਹਿਣਾ ਕਿਉਂਕਿ ਇੱਕ ਐਕਟਰ ਤੋਂ ਲੋਕੀ ਐਕਸਪੈਕਟ ਕਰਦੇ ਆ ਕਿ ਇੱਕ ਬਹੁਤ ਵਧੀਆ ਮਤਲਬ ਜੇ ਕੋਈ ਐਕਟਰ ਹੈ ਤਾਂ that means ਉਹ ਅਮੀਰ ਹੈ ਤੇ ਪਰ ਕੀ ਹੁੰਦਾ ਕਿ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਬਹੁਤ ਸਟਰਗਲ ਆ ਇਸ ਲਾਈਨ ਦੇ ਵਿੱਚ ਮੁੰਡਿਆਂ ਲਈ ਵੀ ਸਟਰਗਲ ਆ ਕੁੜੀਆਂ ਲਈ ਵੀ ਸਟਰਗਲ ਆ ਤੇ ਕਿਸੇ ਨੂੰ ਵੀ ਇਸ ਤਰ੍ਹਾਂ ਬਹੁਤ 1% ਕੋਈ ਚਾਂਸ ਹੁੰਦਾ ਉਹ ਵੀ ਜਿਹੜੇ ਸਟੈਬਲਿਸ਼ਡ ਐਕਟਰਸ ਨੇ ਉਹਨਾਂ ਦੇ ਅੱਗੇ ਬੱਚੇ ਆ ਜਾਣ ਪਰ ਜਿਹੜਾ ਕੋਈ ਨਵੇਂ ਸਿਰੇ ਤੋਂ ਸ਼ੁਰੂ ਕਰਦਾ ਉਹਦੇ ਲਈ ਬਹੁਤ ਡਿਫਿਕਲਟ ਹੈ ਔਰ ਸ਼ੁਰੂਆਤ 'ਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪੈਸੇ ਮਿਲਦੇ ਔਰ ਜੇ ਹੋਣਗੇ ਵੀ ਤੇ 1-2% ਹੋਣਗੇ ਤੇ ਉਸ ਟਾਈਮ ਦੇ ਉੱਤੇ ਜਦੋਂ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਚਾਂਸ 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 ਔਰ ਹਰ ਇੱਕ 뮤직 ਵੀਡੀਓ ਔਰ ਹਰ ਇੱਕ ਮੂਵੀ ਦੇ ਵਿੱਚ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਇਹੀ ਲੱਗਦਾ ਜਿਹੜਾ ਮੇਰਾ ਅਗਲਾ ਅ ਪ੍ਰੋਜੈਕਟ ਹੋਊਗਾ ਉਹ ਮੇਰੇ ਲਈ ਬਹੁਤ ਵੱਡਾ ਹੋਊਗਾ ਔਰ ਉਹ ਮੈਨੂੰ ਉਚਾਈਆਂ ਤੇ ਲੈ ਜਾਏਗਾ ਔਰ ਉਹ ਜਿਹੜੀ ਆਸ ਹੁੰਦੀ ਹੈ ਉਹ ਤੁਹਾਨੂੰ ਹਰ ਵਾਰੀ ਜੇ ਤੁਹਾਨੂੰ ਪੈਸੇ ਨਹੀਂ ਵੀ ਮਿਲਦੇ ਪਰ ਤੁਸੀਂ ਆਪਣਾ ਬੈਸਟ ਹੀ ਦੇਣ ਦੀ ਕੋਸ਼ਿਸ਼ ਕਰਦੇ ਹੋ ਸਹੀ ਹੋਰ ਕਿੱਤਿਆਂ ਦੇ ਵਿੱਚ ਇਹ ਹੋ ਸਕਦਾ ਕਿ ਤੁਹਾਨੂੰ ਜੇ ਪੈਸੇ ਨਹੀਂ ਮਿਲਦੇ ਬੰਦਾ ਕਹਿੰਦਾ ਯਾਰ ਜੇ ਪੈਸੇ ਨਹੀਂ ਮਿਲੇ ਮੈਂ ਉਹਨਾਂ ਵਧੀਆ ਕੰਮ ਨਹੀਂ ਕਰੂੰਗਾ ਪਰ ਇਸ ਇੰਡਸਟਰੀ ਦੇ ਵਿੱਚ ਇਹ ਹੈ ਕਿ ਜੇ ਤੁਹਾਨੂੰ ਨਹੀਂ ਵੀ ਮਿਲ ਲੈਣਾ ਤੁਸੀਂ ਤਾਂ ਵੀ ਆਪਣਾ 200% ਦੇਣਾ ਸਹੀ ਕਿਉਂਕਿ ਕੋਈ ਵੀ ਆਪਣੇ ਆਪ ਨੂੰ ਸਕਰੀਨ ਦੇ ਉੱਤੇ 1% ਵੀ ਘੱਟ ਨਹੀਂ ਦਿਖਾਣਾ ਜਾਂਦਾ ਪੈਸਾ ਸੈਕੰਡਰੀ ਹੋ ਜਾਂਦਾ ਇਹ ਇਸ ਲਾਈਨ ਦਾ ਪਲੱਸ ਵੀ ਹੈ ਔਰ ਨੈਗੇਟਿਵ ਵੀ ਹੈ ਪਲੱਸ ਇਹ ਹੈ ਕਿ ਤੁਸੀਂ ਸਕਰੀਨ ਦੇ ਉੱਤੇ ਹਮੇਸ਼ਾ ਇਮਾਨਦਾਰ ਰਹਿਨੇ ਹੋ ਇਹ ਸਕਰੀਨ ਜਿਹੜਾ ਕੈਮਰਾ ਹੈ ਤੁਹਾਡੀ ਜਿਹੜੀ ਇਮਾਨਦਾਰੀ ਨੂੰ ਬਹੁਤ ਅੱਛੀ ਤਰ੍ਹਾਂ ਪਛਾਣਦਾ ਜੇ ਝੂਠ ਬੋਲੋਗੇ 1 ਸੈਕਿੰਡ ਤੋਂ ਪਹਿਲਾਂ ਫੜੇ ਜਾਓਗੇ ਸਹੀ ਤੇ ਉਹ ਜਿਹੜੀ ਸੱਚਾਈ ਹੈ ਉਹ ਇੱਕ ਕਲਾਕਾਰ ਨੂੰ ਸਕਰੀਨ ਤੇ ਦਿਖਾਣੀ ਪੈਂਦੀ ਹੈ ਹੂੰ ਬਾਰੇ ਦੇ ਪਿੱਛੇ ਕੀ ਹੋ ਰਿਹਾ ਜਿੰਨਾ ਚਿਰ ਤੁਸੀਂ ਇੱਕ ਸਟੈਬਲਿਸ਼ਡ ਚਿਹਰਾ ਨਹੀਂ ਹੋ ਤੁਹਾਨੂੰ ਉਸ ਲੈਵਲ ਦੇ ਉੱਤੇ ਤੁਹਾਨੂੰ ਮਿਹਨਤਾਂ ਦਾ ਨਹੀਂ ਮਿਲਦਾ ਤੇ ਜਸ ਦਿਨ ਮਿਲਣਾ ਸ਼ੁਰੂ ਹੋ ਜਾਂਦਾ ਫਿਰ ਬਹੁਤ ਵਧੀਆ ਵੀ ਹੋ ਜਾਂਦਾ ਜੀ ਪਰ ਗੋਲਦੀ ਬਾਈ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੁੰਡੇ ਕੁੜੀਆਂ ਹਰ ਰੋਜ਼ ਹੀ ਇਸ ਸਨਤ ਦੇ ਵਿੱਚ ਨਿਤਰ ਕੇ ਆਉਂਦੇ ਆ ਭਾਵੇਂ ਅਸੀਂ ਬਾਲੀਵੁੱਡ ਦੀ ਗੱਲ ਕਰ ਗਏ ਤੇ ਭਾਵੇਂ ਪਾਲੀਵੁੱਡ ਦੀ ਗੱਲ ਕਰ ਗਏ ਉਹ ਸੋਚਦੇ ਵੀ ਭਾਈ ਅਸੀਂ ਪੈਂਦੀ ਸੱਟੇ ਮਸ਼ਹੂਰ ਹੋ ਜਾਣਾ ਚਿਹਰੇ ਦੀ ਪਛਾਣ ਬਣ ਜਾਣੀ ਆ ਔਰ ਪਈਆਂ ਦਾ ਵੀ ਵਰਨਾ ਆਲੇ ਦੁਆਲੇ ਆਟੋਗ੍ਰਾਫ ਵਾਲਿਆਂ ਦਾ ਝੁਰਮਟ ਗੱਡੀਆਂ ਮਹਿੰਗੀਆਂ ਤੋਂ ਮਹਿੰਗੀਆਂ ਝੁੱਟਣੀਆਂ ਜਿਹੜੇ ਨਵਾਂ ਪੂਰ ਆਉਂਦਾ ਇਸ ਖੇਤਰ ਚ ਉਹਨੂੰ ਕੀ ਕਹਿਣਾ ਚਾਹੋਗੇ ਵੀ ਭਾਈ ਇਹ ਦੁਨੀਆ ਓਵੇਂ ਹੀ ਹੈ ਜਿਵੇਂ ਤੁਸੀਂ ਸੋਚਦੇ ਹੋ ਜਾਂ ਉਹਦੇ ਤੋਂ ਉਲਟਾ ਜੀ ਮੈਂ ਇਹ ਕਹੂੰਗਾ ਕਿ ਆਪਣੀ ਜਿਹੜੀ ਪ੍ਰੋਫੈਸ਼ਨਲ ਦੇਖੋ ਹਰ ਕੋਈ ਇਸ ਲਾਈਨ ਨੂੰ ਪ੍ਰੋਫੈਸ਼ਨਲੀ ਹੀ ਅਡਾਪਟ ਕਰਨਾ ਚਾਹੁੰਦਾ ਜੇ ਕੋਈ ਮੁੰਡਾ ਜਾਂ ਕੁੜੀ ਇਸ ਲਾਈਨ ਚ ਕੁਝ ਗਲਤ ਨਹੀਂ ਹੈ ਕਿ ਇਸ ਕਿਤੇ ਨੂੰ ਅਪਣਾਉਣਾ ਕੁਝ ਗਲਤ ਨਹੀਂ ਹੈਗਾ ਪਰ ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਸਿਰਫ ਤੇ ਸਿਰਫ ਇਸੇ ਹੀ ਕਿੱਤੇ ਦੇ ਉੱਤੇ ਆਪਣੀ ਜ਼ਿੰਦਗੀ ਦਾ ਦਾਅ ਲਾ ਦੇਣਾ ਹਮ ਇੱਕ ਜਦੋਂ ਅਸੀਂ ਕੋਈ ਵੀ ਬਿਜ਼ਨਸ ਕਰਦੇ ਹਾਂ ਅਸੀਂ ਇੱਕ ਉਹਨੂੰ ਸਮਾਂ ਦਿੰਦੇ ਹਾਂ ਕਿ ਹਾਂ ਐਨੇ ਸਾਲ ਐਨਾ ਟਾਈਮ ਮੈਂ ਦੇਵਾਂਗਾ ਉਸ ਤੋਂ ਬਾਅਦ ਜੇ ਕੁਝ ਬਣਦਾ ਤੇ ਠੀਕ ਹੈ ਜੇ ਕੁਝ ਨਹੀਂ ਬਣਦਾ ਤੇ ਆਈ ਕੈਨ ਟਰਾਏ ਸਮਥਿੰਗ ਐਲਸ ਹਮ ਬਟ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਇਸ ਲਾਈਨ ਦੇ ਵਿੱਚ ਜਿਹੜੀ ਆ ਮੈਂ ਤੁਹਾਨੂੰ ਦੱਸੀ ਨਾ ਆਸ ਹਰੇਕ ਆ ਟਾਈਮ ਇੱਕ ਨਵੀਂ ਆਸ ਜੁੜ ਜਾਂਦੀ ਹੈ ਤੇ ਬੰਬੇ ਦੇ ਵਿੱਚ ਮੈਂ ਕੁਝ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਮਿਲਿਆ ਜਿਨ੍ਹਾਂ ਜਿਹੜੇ ਜਵਾਨੀ ਚ ਆਏ ਸੀ ਤੇ ਬੁਢੇ ਹੋ ਗਏ ਉੱਥੇ ਉਹਨਾਂ ਦਾ ਕੁਝ ਨਹੀਂ ਬਣਿਆ ਉਹ ਅੱਜ ਵੀ ਉਸੇ ਆਸ 'ਚ ਕਿਉਂਕਿ ਕੀ ਹੁੰਦਾ ਕਿ ਬਾਲੀਵੁੱਡ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਚਿਹਰੇ ਆ ਜਿਹੜੇ ਬਹੁਤ ਇੱਕ ਏਜ ਤੋਂ ਬਾਅਦ ਆਏ ਤੇ ਉਹ ਇੱਕਦਮ ਸਟਾਰ ਬਣ ਗਏ ਉਹੀ ਆਸਾਂ ਜਿਹੜੀਆਂ ਦੂਜਿਆਂ ਦੀਆਂ ਉਹ ਲਈ ਰੱਖਦੀਆਂ ਬਟ ਮੇਰਾ ਇੱਕ ਪਰਸਨਲ ਵਿਊ ਹੈਗਾ ਕੀ ਇਹਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਸੋਚੋ ਜਿਹੜੇ ਵੀ ਨਵੇਂ ਮੁੰਡੇ ਕੁੜੀਆਂ ਆ ਰਹੇ ਆ ਉਹ ਇਹਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਲੈਣ ਇੱਕ ਸਮਾਂ ਦੇਣ ਇੱਕ ਜਿੰਨਾ ਵੀ ਉਹਨਾਂ ਨੂੰ ਜਸਟੀਫਾਈਡ ਲੱਗਦਾ ਪਰ ਫਾਈਨਲੀ ਜੇ ਕੁਝ ਬਣ ਜਾਂਦਾ ਬਹੁਤ ਵਧੀਆ ਪਰ ਜੇ ਕੁਝ ਨਹੀਂ ਬਣਦਾ ਉਹਨੂੰ ਦਿਲ ਤੇ ਨਹੀਂ ਲੈਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਕੁਝ ਡਿਫਰੈਂਟ ਟਰਾਈ ਕਰੋ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਸਟੈਬਲਿਸ਼ ਕਰੋ ਤਾਂ ਕਿ ਤੁਹਾਡਾ ਪਰਿਵਾਰ ਹਰਾਸ ਨਾ ਹੋਵੇ ਕੱਲ ਨੂੰ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਜੋ ਵੀ ਲੋੜਾਂ ਹੈਗੀਆਂ ਜਾਂ ਜੋ ਅੱਗੇ ਤੁਹਾਡੀ ਫੈਮਿਲੀ ਬਣਦੀ ਆ ਉਹਦੇ ਵਿੱਚ ਜੋ ਉਹਨਾਂ ਦੀਆਂ ਲੋੜਾਂ ਉਹਨਾਂ ਨੂੰ ਤੁਸੀਂ ਪੂਰਾ ਕਰ ਸਕੋ ਨਾ ਕਿ ਸਿਰਫ ਉਹਨਾਂ ਨੂੰ ਤੁਸੀਂ ਵੀ ਫਿਰ ਆਸਾਂ ਹੀ ਦੇ ਸਕੋ ਕਿ ਕੱਲ ਕੁਝ ਹੋ ਜੂ ਕੱਲ ਕੁਝ ਹੋ ਜੂ ਇਸ ਤਰ੍ਹਾਂ ਜ਼ਿੰਦਗੀ ਪ੍ਰੈਕਟੀਕਲ ਨਹੀਂ ਹੈ ਸਹੀ ਹਾਂਜੀ ਬਿਲਕੁਲ ਸਹੀ ਗੱਲ ਆ ਤੇ ਭਾਈ ਜੀ ਤੁਸੀਂ ਜਿੰਨੀਆਂ 뮤ਜ਼ਿਕ ਵੀਡੀਓ ਕੀਤੀਆਂ ਉਹ ਹੈ ਤਾਂ ਸੈਂਕੜਿਆਂ ਦੇ ਵਿੱਚ ਹਾਂਜੀ ਤੁਹਾਨੂੰ ਮਿਹਨਤਾਂ ਕਿੰਨਾ ਕੁ ਮਿਲਦਾ ਸੀਗਾ ਵੀ ਉਦੋਂ ਹੁਣ ਤਾਂ ਚਲੋ ਜਿਹੜੇ ਵੀ ਮਸ਼ਹੂਰ ਚਿਹਰੇ ਆ ਤੁਹਾਡੇ ਵਾਂਗੂ ਉਹਨਾਂ ਨੂੰ ਹੋ ਸਕਦਾ ਵੀ 25 30 50000 ਰੁਪਈਆ ਵੀ ਮਿਲਦਾ ਹੋਵੇ। ਹਾਂਜੀ। ਸ਼ਾਇਦ ਸਾਨੂੰ ਕੋਈ ਜਾਣਕਾਰੀ ਨਹੀਂ ਕਿਸੇ ਨੂੰ ਇਸ ਤੋਂ ਵੱਧ ਵੀ ਮਿਲਦਾ ਹੋਵੇ। ਤੇ ਕਈ ਆ ਜਿਹੜੇ ਹੋ ਸਕਦਾ 5000 10000 ਵਾਲੇ ਚਿਹਰੇ ਵੀ ਹੋਣ। ਤੁਹਾਨੂੰ ਉਦੋਂ ਤੁਹਾਡੀ ਸੋਚ ਮੁਤਾਬਕ, ਤੁਹਾਡੀ ਲੋੜ ਮੁਤਾਬਕ, ਤੁਹਾਡੀ ਇੱਛਾ ਦੇ ਮੁਤਾਬਕ ਮਿਲ ਜਾਂਦਾ ਸੀ। ਨਹੀਂ। ਹੂੰ। ਸੱਚ ਤਾਂ ਇਹ ਆ ਕਿ ਨਹੀਂ ਮਿਲਦਾ ਸੀ। ਔਰ ਐਸੇ ਕਰਕੇ ਕੀ ਹੁੰਦਾ ਕਿ ਜੇ ਮੈਂ ਇਸ ਕਿਤੇ ਨੂੰ ਛੱਡ ਕੇ ਕੁਝ ਹੋਰ ਕਰ ਰਿਹਾ ਕਾਹੀ ਕਰ ਰਿਹਾ ਕਿ ਮੇਰਾ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜਾ ਫਾਈਨੈਂਸ਼ੀਅਲੀ ਜੋ ਸਟੇਟਸ ਹੋਣਾ ਚਾਹੀਦਾ ਸਿਕਾ ਮੈਨੂੰ ਲੱਗ ਰਿਹਾ ਸਿਕਾ ਕਿ ਇਥੋਂ ਨਹੀਂ ਬਣੇਗਾ ਕੀ ਹੁੰਦਾ ਕਿ ਜੇ ਤੁਸੀਂ ਕਿਸੇ ਵੱਡੇ ਸਿੰਗਰ ਦਾ Song ਕਰਦੇ ਹੋ ਤਾਂ ਉਹ ਤੁਹਾਨੂੰ ਉਹਦੇ ਨਾਲ ਇੱਕ ਵੱਡੀ ਆਸ ਜੁੜ ਜਾਂਦੀ ਹੈ ਵੱਡਾ ਸਿੰਗਰ ਮਤਲਬ ਵੱਡੀ ਆਸ ਤੁਹਾਨੂੰ ਲੱਗਦਾ ਜ਼ਿਆਦਾ ਸਰੋਤਿਆਂ ਤੱਕ ਪਹੁੰਚੂਗਾ ਫਿਰ ਹੋ ਸਕਦਾ ਕੋਈ ਵੱਡਾ ਡਾਇਰੈਕਟਰ ਕੋਈ ਵੱਡਾ ਪ੍ਰੋਡਿਊਸਰ ਤੁਹਾਨੂੰ ਦੇਖੇਗਾ ਫਿਰ ਉਹ ਤੁਹਾਨੂੰ ਅਪਰੋਚ ਕਰੇਗਾ ਫਿਰ ਉਹ ਤੁਹਾਨੂੰ ਮੂਵੀ ਚ ਲੈ ਜਾਏਗਾ ਉੱਥੋਂ ਤੁਹਾਡੀ ਅੱਗੇ ਜ਼ਿੰਦਗੀ ਸ਼ੁਰੂ ਹੋ ਜਾਏਗੀ ਪਰ ਜਿਹੜਾ ਇਹ ਚਾਂਸ ਵਰਡ ਹੈ ਇਹ ਤੁਹਾਨੂੰ ਕਿਤੇ ਨਾ ਕਿਤੇ ਔਖਾ ਕਰਦਾ ਹਰ ਵਾਰੀ ਤੇ ਸਹੀ ਇਹ ਨਾ ਨਹੀਂ ਬਣਿਆ ਕਦੀ ਵੀ ਹਮ ਹਾਂਜੀ ਪਹਿਲੀ ਫਿਲਮ ਤੁਹਾਨੂੰ ਕਿਹੜੀ ਮਿਲੀ ਸੀ ਪਹਿਲੀ ਫਿਲਮ ਜਿਹੜੀ ਸੀਗੀ ਪੰਜਾਬੀ ਦੇ ਵਿੱਚ ਉਹ ਮੈਂ ਮਹਿੰਦੀ ਵਾਲੇ ਹੱਥ ਕੀਤੀ ਸੀ ਹਮ ਉਹਦੇ ਜਿਹੜੇ ਪ੍ਰੋਡਿਊਸਰ ਸੀਗੇ ਇਕਵਾਲ ਸਿੰਘ ਢਿੱਲੋਂ ਕਮਲਜੀਤ ਢਿੱਲੋਂ ਤੇ ਉਹ ਸੀਗੇ ਉਹ ਕਾਫੀ ਉਹਨਾਂ ਨੇ ਵੱਡੀਆਂ ਫਿਲਮਾਂ ਪਹਿਲਾਂ ਬਣਾਈਆਂ ਬਟ ਉਹੀ ਹੁੰਦਾ ਕਿ ਉਹ ਵੀ ਮੇਰਾ ਇੱਕ ਸਮਦਾ ਚਾਂਸ ਸੀਗਾ ਕਿ ਮੈਂ ਪਹਿਲੀ ਵਾਰੀ ਇੱਕ ਵੱਡੇ ਪਰਦੇ ਤੇ ਆ ਰਿਹਾ ਸੀਗਾ ਬਟ ਉਹਦੇ ਚ ਲੱਕੀਏ ਸੀਗਾ ਕਿ ਮੇਰੇ ਨਾਲ ਬਹੁਤ ਵੱਡੇ ਸਟਾਰ ਗੁੱਗੂ ਗਿੱਲ ਬਾਜੀ ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਰਾਣਾ ਰਣਵੀਰ ਬਾਜੀ ਉਹਨਾਂ ਨਾਲ ਮੈਂ ਕੰਮ ਕੀਤਾ ਮਨਜੀਤ ਕੁਲਾਰ ਜੀ ਗੁਰਕੀਰਤਨ ਬਾਜੀ ਬਹੁਤ ਵੱਡੇ ਵੱਡੇ ਨਾਮ ਚੇਰੇ ਜਿਹੜੇ ਉਸ ਫਿਲਮ ਚ ਸੀਗੇ ਤਾਂ ਉਹ ਫਿਲਮ ਕਾਫੀ ਲੋਕਾਂ ਨੇ ਪਸੰਦ ਵੀ ਕੀਤੀ ਹਮ ਤੇ ਮੈਂ ਤੇ ਤੁਸੀਂ ਜਿਸ ਤਰ੍ਹਾਂ ਪਹਿਲਾਂ ਇੱਕ ਮੇਰਾ ਫਰੈਂਡ ਹੀ ਹੈਗਾ ਗੈਬੀ ਚਾਲ ਉਹ ਤੇ ਮੈਂ ਦੋਨੋਂ ਹੀ ਉਸ ਮੂਵੀ ਦੇ ਵਿੱਚ ਸੀਗੇ ਅੱਛਾ ਹਾਂਜੀ ਫਿਰ ਉਸ ਤੋਂ ਇਲਾਵਾ ਉਸ ਤੋਂ ਬਾਅਦ ਫਿਰ ਨੈਕਸਟ ਮੂਵੀ ਫਿਰ ਉਹੀ ਪ੍ਰੋਡਿਊਸਰ ਸੀਗੇ ਹਮ ਤੇ ਉਹ ਮੂਵੀ ਸੀਗੀ ਚੰਨਾ ਸੱਚੀ ਮੁੱਚੀ ਹਮ ਉਹਦੇ ਵਿੱਚ ਪੂਜਾ ਵਾਲੀ ਮਿਸ ਪੂਜਾ ਹਮ ਹਾਂਜੀ ਉਹ ਸੀਗੇ ਮੇਰੇ ਨਾਲ ਤੇ ਉਹਦੀ ਪ੍ਰੋਬਲਮ ਇਹ ਰਹੀ ਕਿ ਇੱਕ মুਵੀ ਉਹਨਾਂ ਦੀ ਹਫਤਾ ਪਹਿਲਾ ਏ ਮੇਰੇ ਵੱਲੀ ਬਾਅਦ ਚਾਈ ਉਹ ਪਹਿਲੇ ਵਾਲੀ ਨਹੀਂ ਚੱਲੀ ਫਿਰ ਦੂਸਰੀ ਵੀ ਉਸ ਤਰ੍ਹਾਂ ਜੀ ਉਹਦਾ ਅਸਰ ਹੋ ਜਾਂਦਾ ਹਾਂਜੀ ਉਹਦਾ ਅਸਰ ਹੋ ਜਾਂਦਾ ਤੇ ਜੀ ਤੀਸਰੀ ਫਿਲਮ ਮੈਂ ਕੀਤੀ ਯਾਰਾਂ ਨਾਲ ਬਹਾਰਾਂ 2 ਹੂੰ ਪਹਿਲੀ ਯਾਰਾਂ ਨਾਲ ਬਹਾਰਾਂ ਜਿਹੜੀ ਸੀਗੀ ਉਹ ਚ ਜਿੰਮੀ ਸ਼ੇਰ ਗਿਲ ਭਾਜੀ ਸੀ ਤੇ ਸੈਕੰਡ ਚ ਮੈਂ ਹੀਰੋ ਸੀਗਾ ਹੂੰ ਤੇ ਉਹ ਕੀਤੀ ਮੈਂ 2013 ਚ ਲਾਸਟ মুਵੀ ਮੇਰੀ ਉਹ ਹੀ ਸੀ ਹਾਂਜੀ ਉਹਦੇ ਚ ਯੋਗਰਾਜ ਭਾਜੀ ਸ਼ੰਦਰਮਾਲ ਜੀ ਤੇ ਉਹ ਕੀਤੀ ਬਟ ਉਹ ਮੈਨੂੰ ਇਹ ਲੱਗਿਆ ਕਿ ਅੱਜ ਦਾ ਦੌਰ ਜਿਹੜਾ ਨਵੇਂ ਜਿਹੜੀਆਂ ਮੂਵੀਜ਼ ਬਣ ਰਹੀਆਂ ਉਹਨਾਂ ਚ ਮਾਰਕੀਟਿੰਗ ਦਾ ਬਹੁਤ ਵੱਡਾ ਯੋਗਦਾਨ ਹੈ ਸਹੀ ਕੁਝ ਅੱਛੇ ਪ੍ਰੋਡਕਟ ਜੇ ਅੱਛੀ ਮਾਰਕੀਟਿੰਗ ਨਹੀਂ ਕਰਦੇ ਤੇ ਉਹ ਉਹ ਰਹਿ ਜਾਂਦੇ ਆ ਕਈ ਵਾਰੀ ਕੁਝ ਬੈਡ ਪ੍ਰੋਡਕਟ ਨੂੰ ਤੁਸੀਂ ਵਧੀਆ ਮਾਰਕਟ ਕਰ ਦੋ ਤੇ ਉਹ ਵੀ ਵਧੀਆ ਚੱਲ ਜਾਂਦੇ ਆ ਜੀ ਹਾਂ ਹਾਂਜੀ ਪਰ ਜਦੋਂ ਵੀ ਕੋਈ ਫਿਲਮ ਬਣਦੀ ਹੈ ਚਾਹੇ ਕੋਈ ਵੀਡੀਓ ਬਣਦੀ ਹੈ ਕੋਈ ਵੀ ਕੰਮ ਆਪਾਂ ਕਰਦੇ ਆ ਉਦੋਂ ਇੱਕ ਇਹ ਟੀਮ ਵਰਕ ਹੁੰਦਾ ਪੂਰਾ ਜਿਸ ਦੇ ਵਿੱਚ ਇੱਕ ਸਪੌਟ ਸਪੌਟਲਾਈਟ ਤੋਂ ਲੈ ਕੇ ਹਰ ਇੱਕ ਚੀਜ਼ ਦਾ ਆਪਣਾ ਆਪਣਾ ਯੋਗਦਾਨ ਹੈ ਹਰ ਇੱਕ ਇਨਸਾਨ ਦਾ ਆਪੋ ਆਪਣਾ ਯੋਗਦਾਨ ਹੁੰਦਾ ਜਦੋਂ ਟੀਮ ਵਰਕ ਦੀ ਗੱਲ ਆਉਂਦੀ ਹੈ ਕਿ ਜਿਹੜੇ ਮਾਡਲਸ ਨੇ ਆ ਜਿਹੜੇ ਨਵੇਂ ਚਿਹਰੇ ਨੇ ਉਹਨਾਂ ਦੇ ਨਾਲ ਜਿਹੜੇ ਪੁਰਾਣੇ ਚਿਹਰੇ ਨਹੀਂ ਆ ਜਿਹੜੇ ਹੰਡੇ ਵਰਤੇ ਲੋਕ ਨੇ ਉਹਨਾਂ ਦੇ ਵੱਲੋਂ ਚੰਗਾ ਵਤੀਰਾ ਕੀਤਾ ਜਾਂਦਾ ਉਹਨਾਂ ਨੂੰ ਇਹ ਵਾਰ-ਵਾਰ ਅਹਿਸਾਸ ਤਾਂ ਨਹੀਂ ਦਵਾਇਆ ਜਾਂਦਾ ਤੁਸੀਂ ਨਵੇਂ ਉਹ ਤੁਹਾਨੂੰ ਨਹੀਂ ਪਤਾ ਸਾਨੂੰ ਵੱਧ ਪਤਾ ਹੈ ਜਾਂ ਕਈ ਵਾਰ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕੀ ਇਹ ਗੱਲਾਂ ਸੱਚੀਆਂ ਨੇ ਕਿ ਥੋੜਾ ਜਿਹਾ ਕਿਤੇ ਨਾ ਕਿਤੇ ਪੱਖਪਾਤ ਵੀ ਹੋ ਜਾਂਦਾ ਉੱਥੇ ਨਹੀਂ ਮੇਰੇ ਨਾਲ ਇਸ ਤਰ੍ਹਾਂ ਦਾ ਐਜ਼ ਅ ਆਰਟਿਸਟ ਜੇ ਮੈਂ ਕਹਾ ਕਿ ਮੈਂ ਆਲਮੋਸਟ ਜਿੰਨੇ ਵੀ ਵੱਡੇ ਸਟਾਰਸ ਹੈਗੇ ਆ ਆਪਣੇ ਰਾਣਾ ਰਣਵੀਰ ਬਾਜੀ ਆ ਗੁਰਕੀਰਤਨ ਜੀ ਚਲੇ ਗਏ ਬਟ ਉਹ ਵੀ ਬਹੁਤ ਵੱਡੇ ਸਟਾਰ ਸੀਗੇ ਸਹੀ ਔਰ ਅੱਜ ਵੀ ਉਹਨਾਂ ਨੂੰ ਬਹੁਤ ਲੋਕੀ ਮਤਲਬ ਉਹਨਾਂ ਦੇ ਕੰਮ ਨੂੰ ਅੱਜ ਵੀ ਜਾਣਦੇ ਆ ਲੋਕੀ ਯੋਗਰਾਜ ਬਾਜੀ ਗੁੱਗੂ ਗਿੱਲ ਬਾਜੀ ਜੀ ਇਹਨਾਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹਮ ਇਹਨਾਂ ਵੱਲੋਂ ਕਦੀ ਕੋਈ ਕਮੀ ਨਹੀਂ ਰਹੀ ਮੈਂ ਕਹਾ ਕਿ 1% ਵੀ ਉਲਟਾ ਮੇਰੀ ਹੈਲਪ ਕੀਤੀ ਹੈ ਉਹਨਾਂ ਨੇ ਗੁੱਗੂ ਬਾਜੀ ਨੇ ਬੜੀ ਹੈਲਪ ਕੀਤੀ ਹੈ ਕਿ ਵੀ ਗੋਲਡੀ ਇਸ ਇਸ ਡਾਇਲੋਗ ਨੂੰ ਆਪਾਂ ਇਸ ਤਰ੍ਹਾਂ ਬੋਲਦੇ ਆ ਇਸ ਤਰ੍ਹਾਂ ਵਧੀਆ ਰਹੂਗਾ ਯੋਗਰਾਜ ਬਾਜੀ ਬਹੁਤ ਵਧੀਆ ਐਕਟਰ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਤੇ ਮੈਨੂੰ ਤਾਂ ਸਿੱਖਣ ਦਾ ਮੌਕਾ ਹੀ ਮਿਲਿਆ ਜਿੰਨੇ ਵੀ ਅچھے ਪਰ ਗੋਲਦੀ ਭਾਈ ਜੀ ਅਸੀਂ ਨਾ ਬਹੁਤ ਸਾਰੇ ਹੁਣ ਤੱਕ ਕਲਾਕਾਰਾਂ ਨਾਲ ਪੈਣਾ ਵੀਰਾਂ ਨਾਲ ਮੁਲਾਕਾਤ ਕੀਤੀ ਆ ਉਹਨਾਂ ਦੇ ਵਿੱਚੋਂ ਕਈ ਜਣੇ ਜਿਹੜੇ ਉਹ ਮਸ਼ਹੂਰੀ ਤੋਂ ਪਾਸੇ ਹੋ ਗਏ ਉਹਦੇ ਵਕੋ ਵੱਖਰੇ ਕਰਨ ਕੋਈ ਉਮਰਦਰਾਜ ਹੁਣ ਤੱਕ ਕੇ ਕਿਸੇ ਨੂੰ ਮੌਕੇ ਨਹੀਂ ਮਿਲੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਵੀਂ ਕੋਈ ਸਮੱਸਿਆ ਆ ਗਈ ਜਿਹਦੇ ਕਰਕੇ ਬੰਦਾ ਥੋੜਾ ਜਿਹਾ ਕਿਨਾਰਾ ਕਸ਼ੀ ਕਰ ਲੈਂਦਾ ਜਾਂ ਪਰੇ ਕਰ ਦਿੱਤਾ ਜਾਂਦਾ ਬਿਲਕੁਲ ਸਹੀ ਪਰ ਉਹਨਾਂ ਨੇ ਮਨ ਦੇ ਵਿੱਚ ਇੱਕ ਇਹ ਗੱਲ ਜ਼ਰੂਰ ਹੁੰਦੀ ਵੀ ਯਾਰ ਉਹ ਗਲੇਮਰ ਵਾਲਾ ਦੌਰ ਗਲੇਮਰ ਵਾਲਾ ਹੀ ਸੀ ਉਹ ਜਿਹੜਾ ਸੀ ਨਾ ਸਵਾਦ ਉਹ ਉਹੀ ਸੀ ਤੁਸੀਂ ਹੁਣ ਆਰਥਿਕ ਪੱਖੋਂ ਸਾਧਨ ਸੰਪੰਨ ਵੀ ਆ ਤੁਸੀਂ ਆਪ ਦੇ ਕਿੱਤੇ ਦੇ ਵਿੱਚ ਨਪੁੰਨ ਵੀ ਹੋ ਤੁਸੀਂ ਵੈਨਕੂਵਰ ਦੇ ਵਿੱਚ ਰਹਿੰਦੇ ਹੋ ਤੁਸੀਂ ਬੱਲੇ ਬੱਲੇ ਵੀ ਹੈ ਤੁਹਾਡੀ ਆਪਣੇ ਖੇਤੇ ਦੇ ਵਿੱਚ ਤੁਸੀਂ ਇਮੀਗ੍ਰੇਸ਼ਨ ਦੇ ਖੇਤਰ ਨਾਲ ਜੁੜੇ ਹੋਏ ਆ ਹਾਂਜੀ ਪਰ ਜਿਹੜੀ ਉਹ ਸਵਾਦ ਵਾਲੀ ਗੱਲ ਉਹ ਜਿਹੜੀ ਕਣਚ ਕੈਮਰੇ ਵਾਲੀ ਗੱਲ ਐਕਸ਼ਨ ਵਾਲੀ ਗੱਲ ਉਹ ਜਿਹੜੀ ਆਟੋਗ੍ਰਾਫਸ ਵਾਲੀ ਗੱਲ ਆ ਫੋਟੋਆਂ ਵਿੱਚ ਚਾਹਤੇ ਹੋਣ ਦੀ ਗੱਲ ਤੇ ਉਹ ਜਿਹੜੀ ਥੋੜੀ ਜਿਹੀ ਮਨ ਦੇ ਵਿੱਚ ਆਉਂਦੀ ਹੈ ਵੀ ਯਾਰ ਕਿਤੇ ਉਧਰ ਇੱਕ ਵਾਰੀ ਫੇਰ ਹੱਲਾ ਜਾਂ ਵੱਜੇ ਨਾ ਵੀ ਜਾਂ ਫਿਰ ਉਹ ਸਵਾਦ ਉਹੀ ਸੀ ਮੈਂ ਜਦੋਂ ਇਸ ਲਾਈਨ 'ਚ ਸ਼ੁਰੂ ਕੀਤਾ ਸੀ ਮੇਰੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਖਿਆਲ ਸ਼ੁਰੂ ਤੋਂ ਹੀ ਇੱਕ ਦਿਮਾਗ 'ਚ ਸੀਗਾ ਕਿ ਮੈਂ ਇੱਕ ਅਣਜਾਣ ਮੌਤ ਨਹੀਂ ਮਰਨਾ ਚਾਹੁੰਦਾ ਮੈਨੂੰ ਇਹ ਲੱਗਦਾ ਸੀਗਾ ਕਿ ਇਸ ਲਾਈਨ ਕਰਕੇ ਦੇਖੋ ਮੈਂ ਇਸ ਲਾਈਨ ਦੇ ਵਿੱਚ ਸੀਗਾ ਤੇ ਮੈਂ ਚਾਹੁੰਦਾ ਸੀ ਕਿ ਮੈਨੂੰ ਲੋਕੀ ਪਹਿਚਾਨ ਪਹਿਚਾਨਣ ਕੱਲ ਨੂੰ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਤੇ ਲੋਕੀ ਕਹਿਣ ਹਾਂ ਉਹ ਮੁੰਡਾ ਸੀ ਹਾਂ ਮੈਂ ਇੱਕ ਉਹ ਜ਼ਿੰਦਗੀ ਨਹੀਂ ਚਾਹੁੰਦਾ ਸੀਗਾ ਕਿ ਜਿਹਦੇ ਵਿੱਚ ਸਿਰਫ ਪੈਸਾ ਦਾ ਮੈਂ ਕਮਾ ਲਿਆ ਪਰ ਮੈਨੂੰ ਫੇਮ ਨਹੀਂ ਮਿਲਿਆ ਪਰ ਆਈ ਥਿੰਕ ਇਹ ਚਾਹਤ ਸ਼ਾਇਦ ਸਾਰਿਆਂ ਦੀ ਹੁੰਦੀ ਹੈ ਕਿ ਫੇਮ ਕਿਸੇ ਨਾ ਕਿਸੇ ਤਰ੍ਹਾਂ ਮਿਲੇ ਮੈਂ ਇਸ ਲਾਈਨ ਨੂੰ ਚੁਣਿਆ ਕਿਉਂਕਿ ਮੈਨੂੰ ਸ਼ੁਰੂ ਤੋਂ ਹੀ ਕੋਈ ਵੀ ਮਿਲਦਾ ਸੀ ਚਾਹੇ ਮੈਂ ਜਦੋਂ ਕਾਲਜ ਸੀ ਜਾਂ ਉਸ ਤੋਂ ਬਾਅਦ ਜਦੋਂ ਮੈਂ ਆਮ ਆਪਣੇ ਫਰੈਂਡ ਸਰਕਲ ਚ ਵੀ ਵਿਚਰਦਾ ਸੀ ਜਾਂ ਕੋਈ ਅਣਜਾਣ ਬੰਦਾ ਵੀ ਹੁਣ ਮੈਨੂੰ ਇੱਥੇ ਵੀ ਇੱਥੇ ਗੋਰੇ ਮਿਲਦੇ ਆ ਉਹ ਮੈਨੂੰ ਕਹਿੰਦੇ ਆ ਕਹਿੰਦੇ ਆਰ ਯੂ ਵਰਕਿੰਗ ਇਨ ਐਨੀ ਮੂਵੀਜ਼ অর ਸਮਥਿੰਗ ਸੋ ਉਹਨਾਂ ਨੂੰ ਵੀ ਲੱਗਦਾ ਜੇ ਲੱਗਦਾ ਤੇ ਕੁਝ ਤਾਂ ਹੋਊਗਾ ਫਿਰ ਮੈਨੂੰ ਲੱਗਦਾ ਮੈਂ ਕਿੱਤਾ ਸਹੀ ਚੁਣਿਆ ਸੀ ਤੇ ਬਸ ਅੱਜ ਵੀ ਇਹੀ ਉਮੀਦ ਹੈ ਕਿ ਅੱਜ ਅੱਜ ਉਮੀਦ ਮੈਨੂੰ ਲੱਗਦਾ ਹੈ ਕਿ ਪੂਰੀ ਵੀ ਹੋ ਜਾਏਗੀ ਕਿਉਂਕਿ ਹੁਣ ਪੰਜਾਬੀ ਫਿਲਮਾਂ ਦਾ ਲੈਵਲ ਵੀ ਬਹੁਤ ਪੱਧਰ ਵੀ ਬਹੁਤ ਉੱਤੇ ਚਲਾ ਗਿਆ ਪ੍ਰੋਫੈਸ਼ਨਲਿਜ਼ਮ ਬਹੁਤ ਆ ਗਿਆ ਅچھے ਡਾਇਰੈਕਟਰਸ ਅچھے ਰਾਈਟਰਸ ਅچھے ਸਬਜੈਕਟਸ ਤੇ ਟਰਾਈ ਹੋ ਰਹੀ ਹੈ ਤੇ ਉਮੀਦ ਕਰਦਾ ਕਿ ਅੱਜ ਤੁਹਾਡੇ ਮਾਧਿਅਮ ਨਾਲ ਕੋਈ ਮੈਨੂੰ ਅੱਛਾ ਡਾਇਰੈਕਟਰ ਕੋਈ ਅੱਛਾ ਰਾਈਟਰ ਕੋ ਸੁਣਦਾ ਹੋਵੇ ਤੇ ਜੀ ਮੈਨੂੰ ਜ਼ਰੂਰ ਅਪਰੋਚ ਕਰੋ ਬਿਲਕੁਲ ਜੀ ਬਿਲਕੁਲ ਤੁਸੀਂ ਅਸਲ ਦੇ ਵਿੱਚ ਬਾਈ ਜੀ ਕਾਬਿਲ ਨੂੰ ਤੇ ਕਾਬਿਲ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਮੌਕਿਆਂ ਦੀ ਘਾਟ ਨਹੀਂ ਹੁੰਦੀ ਸਹੀ ਤੁਹਾਨੂੰ ਮੌਕੇ ਤਾਂ ਮਿਲਣ ਗਈ ਮਿਲਦੇ ਵੀ ਹੋਣਗੇ ਸਾਨੂੰ ਉਹਦੇ ਬਾਰੇ ਘੱਟ ਗਿਆਨ ਹੋਊਗਾ ਕਿਉਂਕਿ ਜ਼ਿੰਦਗੀ 'ਚ ਤੁਹਾਡੇ ਵੀ ਰੁਚੀਵੇਂ ਹੈਗੇ ਆ ਪਰ ਗੁੱਗੂ ਗਿੱਲ ਨਾਲ ਕਿਹੋ ਜੀ ਸਾਂਝ ਆ ਜੇ ਮੈਂ ਸੋਚਦਾ ਵੀ ਤੂੰ ਪਰਲੇ ਪਾਸੇ ਗੁੱਗੂ ਗਿੱਲ ਬਾਈ ਬੈਠੇ ਹੋਣ ਇਧਰ ਤੁਸੀਂ ਹੋਵੋ ਤਾਂ ਲੱਗਦਾ ਐ ਵੀ ਜਿਵੇਂ ਦੋਵੇਂ ਭਰਾ ਬਿਲਕੁਲ ਸਹੀ ਕਿਉਂਕਿ ਉਹੀ ਕੱਦ ਉਹੀ ਮਹੰਦਰਾ ਉਹੀ ਬੱਗਿਆ ਉਹੀ ਗੱਲ ਗੁੱਗੂ ਗਿੱਲ ਭਾਜੀ ਨਾਲ ਜਿਹੜਾ ਰਿਸ਼ਤਾ ਹੈ ਮੇਰਾ ਆਪਾਂ ਇੱਕੋ ਮਾਂ ਦੇ ਢਿੱਡੋਂ ਜਾਇ ਤਾਂ ਨਹੀਂ ਹੈਗੇ ਹਮ ਪਰ ਕੁਦਰਤੀ ਉਹਨਾਂ ਦਾ ਚਿਹਰਾ ਤੇ ਮੇਰਾ ਚਿਹਰਾ ਕਾਫੀ ਇਗਜ਼ੈਂਪਲ ਕਰਦਾ ਜੀ ਤੇ ਕਿਤੇ ਵੀ ਹੁੰਦਾ ਮੈਨੂੰ ਪੁੱਛਦੇ ਆ ਕਿ ਤੁਹਾਡੇ ਬ੍ਰਦਰ ਦਾ ਕੀ ਹਾਲ ਆ ਜਾਂ ਪੁੱਛ ਲੈਂਦੇ ਆ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਆ ਹੂੰ ਤੇ ਪਰ ਹਾਂ ਉਹਨਾਂ ਨੇ ਜਦੋਂ ਵੀ ਜਦੋਂ ਮੈਂ ਆਪਣੀ ਪਹਿਲੀ ਫਿਲਮ ਕੀਤੀ ਸੀ ਉਦੋਂ ਉਹਨਾਂ ਨਾਲ ਮਿਲੇ ਹੋਏ ਸੀਗੇ ਉਸ ਤੋਂ ਬਾਅਦ ਵੀ ਮੈਨੂੰ ਮਿਲੇ ਉਹ ਜੀ ਤੇ ਉਨੀ ਹੀ ਪਿਆਰ ਨਾਲ ਮੈਨੂੰ ਮਿਲਦੇ ਆ ਉਹ ਹੂੰ ਤੇ ਬਹੁਤ ਮਲਾਪੜੇ ਇਨਸਾਨ ਨੇ ਬਹੁਤ ਚੰਗੇ ਆ ਤੇ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਔਰ ਅੱਛਾ ਲੱਗਦਾ ਜਦੋਂ ਇੱਕ ਐਡੇ ਵੱਡੇ ਮਹਾਨਾਇਕ ਨਾਲ ਕੋਈ ਮੈਨੂੰ ਜੋੜਦਾ ਜੀ ਬਹੁਤ ਸਹੀ ਤੇ ਕਦੀ ਇਹ ਜਦੋਂ ਤੁਸੀਂ ਇਹਦਾ ਇੱਕ ਬਹੁਤ ਜ਼ਿਆਦਾ ਵੱਡਾ ਹਿੱਸਾ ਰਹੇ ਸਨਤ ਦਾ ਉਸ ਦੌਰਾਨ ਕੰਮ ਕਰਦਿਆਂ ਦੌਰਾਨ ਕਦੇ ਕਿਸੇ ਨੇ ਕੋਈ ਐਸੀ ਗੱਲ ਕਹੀ ਹੋਵੇ ਜਿਹੜੀ ਸੱਚੀ ਅੰਦਰਾ ਚੀਰ ਗਈ ਹੋਵੇ ਜਿਹੜੀ ਹਮੇਸ਼ਾ ਯਾਦ ਰਹੇ ਕੋਈ ਚੰਗੀ ਬਹੁਤ ਲੱਗੀ ਹੋਵੇ ਕੋਈ ਇਹੋ ਜਿਹੀ ਗੱਲ ਜਾਂ ਹੌਸਲਾ ਢਾਉਣ ਵਾਲੀ ਗੱਲ ਹੋਵੇ ਵੀ ਇਸ ਖੇਤਰ ਦੇ ਵਿੱਚ ਵਿਚਰਦੇ ਆ ਯਾਰ ਆ ਕੁਝ ਵੀ ਹੁੰਦਾ ਬਈ ਤੂੰ ਆ ਨਹੀਂ ਕਰ ਸਕਦਾ ਜਾਂ ਤੇਰੇ ਤੋਂ ਆ ਨਹੀਂ ਹੋਣੀ ਹੌਸਲਾ ਟਾਉਣ ਵਾਲੀ ਗੱਲ ਜਿਹੜੀ ਹੈ ਉਹ ਸ਼ਾਇਦ ਬਹੁਤ ਸਾਰੇ ਮੇਰੇ ਜਿਹੜੇ ਸੰਗੀ ਸਾਥੀ ਮੈਨੂੰ ਸੁਣ ਰਹੇ ਹੋਣਗੇ ਕਿਉਂਕਿ ਕੀ ਹੁੰਦਾ ਜਦੋਂ ਤੁਸੀਂ ਕੁਝ ਮਿਹਨਤ ਕਰਦੇ ਹੋ ਨਾ ਔਰ ਦਿਲੋਂ ਮਿਹਨਤ ਕਰਦੇ ਹੋ ਔਰ 200% ਦਿੰਦੇ ਹੋ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਨੂੰ ਫਾਈਨੈਂਸ਼ੀਅਲੀ ਵੀ ਫਾਇਦਾ ਹੋਏਗਾ ਹੂੰ ਔਰ ਜਦੋਂ ਤੁਸੀਂ ਕੰਮ ਕਰਕੇ ਘਰ ਨੂੰ ਚਲੇ ਜਾਂਦੇ ਹੋ ਖਾਲੀ ਹੱਥ ਹੂੰ ਤੇ ਉਹ ਚੰਗਾ ਨਹੀਂ ਲੱਗਦਾ ਔਰ ਉਸ ਤਰ੍ਹਾਂ ਇਹ ਲੱਗਦਾ ਕਿ ਕਿਸੇ ਨੇ ਤੁਹਾਨੂੰ ਯੂਜ਼ ਕਰ ਲਿਆ ਹੂੰ ਜਿਹੜਾ ਯੂਜ਼ਡ ਹੋਣ ਦੀ ਇੱਕ ਫੀਲਿੰਗ ਹੁੰਦੀ ਆ ਉਹ 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 ਬਹੁਤ ਠੀਕ ਨਹੀਂ ਹੁੰਦੀ ਹੂੰ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਫੀਲਿੰਗ ਹੈ ਆਈ ਥਿੰਕ ਕਿ ਬਹੁਤ سارے ਜਿਹੜੇ ਆਰਟਿਸਟ ਹੈਗੇ ਆ ਉਹ ਸ਼ਾਇਦ ਅੱਜ ਵੀ ਉਸ ਚੀਜ਼ ਨੂੰ ਫੀਲ ਕਰਦੇ ਹੋਣ ਸਹੀ ਤੇ ਇਹ ਮੈਨੂੰ ਲੱਗਦਾ ਬਾਕੀ ਚੁਣੌਤੀ ਦੀ ਗੱਲ ਰਹੀ ਕਿ ਮੈਂ ਇਸ ਤਰ੍ਹਾਂ ਨਾ ਹੁੰਦੇ ਹੋਏ ਵੀ ਹਰ ਵਾਰ ਉੱਠ ਕੇ ਫਿਰ ਤੋਂ ਆਪਣਾ 200% ਦੇਣਾ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੈ ਹਮੇਸ਼ਾ ਕਿ ਆਪਣਾ ਕੰਮ ਵਧੀਆ ਕਰਾਂ ਜੀ ਔਰ ਬਾਕੀ ਇਹ ਵੀ ਮੈਨੂੰ ਲੱਗਦਾ ਕਿ ਮੈਂ ਫਾਈਨੈਂਸ਼ੀਲੀ ਵੀ ਆਪਣੀ ਜਿਹੜੀ ਪਰਸਨਲ ਲਾਈਫ ਸੀਗੀ ਮੇਰੀ ਉਹਦੇ 'ਚ ਵੀ ਮੈਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਮੈਂ ਕੁਝ ਟਾਈਮ ਵੇਸਟੇਜ ਕਿਤੇ ਨਹੀਂ ਕੀਤੀ ਮੈਨੂੰ ਲੱਗਦਾ ਹੈ ਕਿ ਬਸ ਜ਼ਿੰਦਗੀ ਅੱਛੀ ਤਰ੍ਹਾਂ ਨਿਕਲ ਜਾਏ ਉਹ ਹਰੇਕ ਦਾ ਇਹੀ ਮਕਸਦ ਹੁੰਦਾ ਤੇ ਮੈਨੂੰ ਲੱਗਦਾ ਹੈ ਕਿ ਮੈਂ ਠੀਕ ਹੀ ਕਰ ਲਿਆ ਜੋ ਤੇ ਬਾਈ ਜੀ ਤੁਸੀਂ ਜਿੰਨੇ ਗੀਤਾਂ ਦੇ ਵਿੱਚ ਕੰਮ ਕੀਤਾ ਹੁਣ ਤੱਕ ਉਹਦੇ ਵਿੱਚੋਂ 2 4 5 ਗੀਤ ਤੁਹਾਨੂੰ ਵੀ ਬਹੁਤ ਚੰਗੇ ਹੋਣਗੇ ਵੀ ਯਾਰ ਇਹਦੇ ਵਿੱਚ ਤਾਂ ਕੰਮ ਕਰਕੇ ਮੈਨੂੰ ਵੀ ਮਜ਼ਾ ਆ ਗਿਆ ਸਵਾਦ ਆ ਗਿਆ ਉਹ ਕਿਹੜਾ ਗੀਤ ਸਭ ਤੋਂ ਦਿਲ ਦੇ ਨੇੜੇ ਆ ਵੀ ਯਾਰ ਇਹਦੇ ਵਿੱਚ ਜਿਹੜਾ ਮੈਂ ਭੰਗੜਾ ਪਾਇਆ ਨਾ ਇਹਦੇ ਵਿੱਚ ਜਿਹੜਾ ਮੈਂ ਆਖਿਆ ਵੀ ਆ ਜਾ ਫਿਰ ਹੂੰ ਮੈਂ ਰਣਜੀਤ ਮਣੀ ਬਈ ਦਾ ਇੱਕ Song ਸੀਗਾ। ਉਹਨਾਂ ਦੇ ਗਾਣੇ ਦੇ ਵਿੱਚ ਮੈਂ ਕੰਮ ਕੀਤਾ ਤੇ ਉਹਦੇ 'ਚ ਮੈਂ ਤੇ ਗੈਵੀ ਸੀਗੇ ਫਿਰ ਇਕੱਠੇ ਹੀ ਸੀਗੇ ਆਪਾਂ। ਤੁਸੀਂ ਮੰਨੋਗੇ? ਗੈਵੀ ਤੇ ਮੈਂ ਅੱਜ ਤੱਕ ਦੋਨਾਂ ਨੇ ਜੋ ਇਕੱਠਾ ਕੀਤਾ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ। ਹਮ। ਪਰ ਮਹਿੰਦੀ ਵਾਲੇ ਹੱਥ ਤੋਂ ਬਾਅਦ ਅੱਜ ਤੱਕ ਕਦੀ ਵੀ ਕਿਸੇ ਨੇ ਸਾਨੂੰ ਇਕੱਠਿਆਂ ਨੂੰ ਬਰੋਚ ਨਹੀਂ ਕੀਤਾ। ਉਹ ਕਿਉਂ? ਆਈ ਡੋਨਟ ਨੋ। ਕਿਤੇ ਇਹ ਤਾਂ ਹੀ ਲੋਕ ਕਹਿੰਦੇ ਵੀ ਪਾਈਆਂ ਮੁਕਾਬਲੇ ਦੇ ਵਿੱਚ ਆ। ਪਰ ਹਾਂ ਉਸ ਜਿਹੜਾ ਰਣਜੀਤ ਮੜੇ ਠੇਕੇ ਠਾੜੇ ਤੇ ਕਚੈਰੀਆਂ ਦੇ ਧੰਦੇ ਜੱਟ ਦੇ ਚਲਾਇਆ ਚੱਲਦੇ ਇੱਕ Song ਸੀਗਾ ਉਹਦੇ ਵਿੱਚ ਮੈਂ ਨੈਗੇਟਿਵ ਸੀ ਗੈਵੀ ਬਾਈ ਨੇ ਪੋਜ਼ਿਟਿਵ ਰੋਲ ਕੀਤਾ ਸੀ ਉਹ ਸਾਡਾ ਮੁਕਾਬਲਾ ਦਿਖਾਇਆ ਸੀ ਦੋਨਾਂ ਦਾ ਪਰ ਉਸ ਮੁਕਾਬਲੇ ਨੂੰ ਕਿਉਂਕਿ ਛੇ ਛੇ ਫੁੱਟੇ ਦੋਨੋਂ ਇੱਕ ਦੂਜੇ ਨਾਲ ਜਦੋਂ ਭੜਦੇ ਸੀਗੇ ਤਾਂ ਉਸ ਚੀਜ਼ ਦੇ ਉੱਤੇ ਮੈਨੂੰ ਬੰਬੇ ਤੱਕ ਤੋਂ ਫੋਨ ਆਏ ਲੋਕਾਂ ਨੇ ਉੱਥੋਂ ਵੀ ਫੋਨ ਕੀਤਾ ਜਿਹੜੇ ਵੱਡੇ ਪ੍ਰੋਡਿਊਸਰ ਸੀਗੇ ਔਰ ਉਹਨਾਂ ਨੇ ਮੈਨੂੰ ਸਾਈਨ ਵੀ ਕੀਤਾ ਫਿਰ ਉਸ ਤੋਂ ਬਾਅਦ ਮੂਵੀ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਵਾਹ ਯਾਰ ਸਾਨੂੰ ਤਾਂ ਲੱਗਿਆ ਗੁੱਗੂ ਗੱਲ ਆ ਗਿਆ ਹੂੰ ਉਹ ਮੇਰੇ ਲਈ ਇੱਕ ਵੱਡਾ ਕੰਪਲੀਮੈਂਟ ਸੀਗਾ ਹੂੰ ਹਾਂਜੀ ਤੇ ਹੁਣ ਵੀ ਕਿਤੇ ਟੱਲੀ ਟੁੱਲੀ ਖੜਕ ਜਾਂਦੀ ਹੈ ਗੁੱਗੂ ਗੱਲ ਹੋਰਾ ਦੇ ਨਾਲ ਯੋਗਰਾਜ ਹੋਰਾ ਦੇ ਨਾਲ ਜਾਂ ਬਾਕੀ ਜਿਹੜੇ ਸਾਰੇ ਜਿਹੜੇ ਪੁਰਾਣੇ ਸੰਗੀ ਸਾਥੀ ਜਿਹੜੇ ਹਾਂਜੀ ਕਿਤੇ ਮਿਲਦੇ ਆ ਤੇ ਵਧੀਆ ਗੱਲਬਾਤ ਹੋ ਜਾਂਦੀ ਹੈ ਥੋੜੇ ਦਿਨ ਪਹਿਲਾਂ ਮੈਂ ਰਾਣਾ ਭਾਜੀ ਨੂੰ ਮਿਲਿਆ ਸੀ ਉਹ ਵੀ ਵੈਨਕੂਵਰ ਹੀ ਰਹਿੰਦੇ ਆ ਹੂੰ ਤੇ ਬੜੇ ਪਿਆਰ ਨਾਲ ਮਿਲਦੇ ਆ ਔਰ ਮੋਟੀਵੇਟ ਕਰਦੇ। ਤੁਹਾਨੂੰ ਲੱਗਦਾ ਬਈ ਉਹ ਦੌਰ ਬੜਾ ਛੇਤੀ ਨਿਕਲ ਗਿਆ। ਜਿਵੇਂ ਕੈਸਟਾਂ ਵਾਲਾ ਦੌਰ ਆਇਆ ਤੇ ਚਲਾ ਗਿਆ। ਹੂੰ। ਸੀਡੀ ਵਾਲਾ ਆਇਆ ਤੇ ਚਲਾ ਗਿਆ। ਛੁਟਕੀ ਨਾਲ ਹੀ। ਅੱਜ ਸਮਾਂ ਜਿਹੜਾ ਉਹ ਕਾਫੀ ਫਾਸਟ ਹੋ ਚੁੱਕਾ। ਜਿਹੜਾ ਮੀਡੀਆ ਦਾ ਚਿਹਰਾ ਵੀ ਉਹ ਵੀ ਬਹੁਤ ਜਲਦੀ ਜਲਦੀ ਚੇਂਜ ਹੋ ਰਿਹਾ। ਹੂੰ। ਅੱਜ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ ਤੁਹਾਨੂੰ ਟੀਵੀ ਔਨ ਕਰਨਾ ਪੈਂਦਾ ਸੀ ਕਿਸੇ ਚੀਜ਼ ਲਈ। ਅੱਜ ਕੀ ਹੈ 24 ਆਵਰ ਟੀਵੀ ਸਾਡੇ ਹੱਥ 'ਚ ਹੈ। ਹੂੰ। ਅਸੀਂ ਕਿਸੇ ਨੂੰ ਵੀ ਲਾਈਕ ਡਿਸਲਾਈਕ ਰਾਈਟਵੇ ਕਰ ਸਕਦੇ ਔਰ ਇਹ ਚੈਲੈਂਜਿੰਗ ਕਿਤੇ ਨਾ ਕਿਤੇ ਆਰਟਿਸਟ ਲਈ ਵੀ ਹੋ ਗਿਆ ਕਿ ਆਪਣੇ ਆਪ ਨੂੰ ਹੋਰ ਬੈਟਰ ਕਰਨਾ ਔਰ ਥੋੜਾ ਈਜ਼ੀ ਵੀ ਲੱਗਦਾ ਹੈ ਕਿ ਆਪਣੇ ਆਪ ਨੂੰ ਲੋਕਾਂ ਤੱਕ ਪਹੁੰਚਾਉਣਾ ਥੋੜਾ ਈਜ਼ੀ ਵੀ ਹੋ ਗਿਆ ਬਟ ਕਹਿੰਦੇ ਹੁੰਦੇ ਨੇ ਕਿ ਹਮੇਸ਼ਾ ਸਟਰਗਲ ਤਾਂ ਹੁੰਦੀ ਹੈ ਔਰ ਕੀਪ ਡੂਇੰਗ ਸਮਥਿੰਗ ਤੇ ਜਿਹੜਾ ਆਪਾਂ ਹਮੇਸ਼ਾ ਕੁਝ ਕਰਦੇ ਰਹਿਣਾ ਚਾਹੀਦਾ ਬਿਲਕੁਲ ਸਹੀ ਕਦੇ ਕਿਤੇ ਨਹੀਂ ਕੀਤਾ ਆਪ ਵੀ ਗਾਵਾਂ ਰਾਈਟ ਨਾਉ ਜੋ ਮੇਰੀ ਆਵਾਜ਼ ਆ ਉਹਨੂੰ ਸੁਣ ਕੇ ਤਾਂ ਜਿਹੜੇ ਸਰੋਤੇ ਵੀ ਕਹਿਣਗੇ ਚੰਗਾ ਇਹਨੇ ਨਹੀਂ ਗਾਇਆ ਪਰ ਜਿਸ ਤਰ੍ਹਾਂ ਦੇ ਕਾਫੀ ਸਿੰਗਰ ਆ ਗਏ ਆ ਦਿਲ ਤਾਂ ਮੇਰਾ ਵੀ ਕਰ ਲਿਆ ਤੇ ਢਾਲਾਂ ਮੈਂ ਵੀ ਗਾ ਹੀ ਸਕਦਾ ਸੀ ਕਿ ਮੈਂ ਵੀ ਗਾ ਹੀ ਸਕਦਾ ਸੀਗਾ ਕੋਈ ਐਡੀ ਗੱਲ ਹੈ ਨਹੀਂ ਜੀ ਪਰ ਹਾਂ ਦਿਲ ਕਰਦਾ ਮੈਂ ਨਹੀਂ ਕਹੂੰਗਾ ਕਿ ਨਹੀਂ ਕਰਦਾ ਬਟ ਆਈ ਥਿੰਕ ਕਿ ਸਾਰੇ ਪੰਜਾਬੀ ਥੋੜਾ ਬਹੁਤਾ ਤਾਂ ਗਾਈ ਲੈਂਦੇ ਆ ਪਰ ਭਾਈ ਤੁਸੀਂ ਤਾਂ ਭਾਰ ਵਧਾਉਨੇ ਵੀ ਹੋ ਘਟਾਉਨੇ ਵੀ ਆ ਇਹ ਪੂਰਾ ਸਰੂ ਦੇ ਬੂਟੇ ਵਰਗੇ ਪਏ ਆ ਇਹ ਪੂਰਾ ਸ਼ਤੀਰੀ ਵਰਗਾ ਸਰੀਰ ਆ ਤੇ ਕੀ ਕਹਿਣਾ ਚਾਹੋਗੇ ਵੀ ਭਾਈ ਜਿਹੜੀ ਮੈਂ ਕਾਲੀ ਕਾਫੀ ਪੀਣਾ ਮੀਓ ਠੀਕ ਆ ਇੰਨੀ ਕੁ ਪੀ ਲੈਣੀ ਚਾਹੀਦੀ ਆ ਇਹ ਨਿਤ ਸਾਡੇ ਨਾਲ ਮੁੱਦਾ ਹੀ ਇਹੋ ਜਿਹਾ ਬਣਿਆ ਪਿਆ ਦੋਸਤਾਂ ਦੇ ਵਿੱਚ ਕਿਸੇ ਵੀ दारू ਦਾ ਇੰਨਾ ਰੌਲਾ ਨਹੀਂ ਹੁੰਦਾ ਜਿੰਨਾ ਮੇਰੀ ਬਲੈਕ ਕਾਫੀ ਦਾ ਰੌਲਾ ਪੈ ਗਿਆ। ਸਹੀ ਸਹੀ ਜਵਾਬ ਦੇਣਾ ਤੁਸੀਂ ਫਿਰ ਇਸ ਗੱਲ। ਤੁਸੀਂ ਜਾਣਦੇ ਹੋ ਪਾਈ ਦਿਨ ਤੇ ਤਿੰਨ ਚਾਰ ਕੱਪ ਪੀਣੇ ਠੀਕ ਹੈ ਜੀ। ਹਾਂਜੀ 2-3 ਕੱਪ ਤਾਂ ਠੀਕ ਹੈ। ਹਾਂ ਪਰ ਇਸ ਤੋਂ ਜ਼ਿਆਦਾ ਜੇ ਆਪਾਂ ਪੀਣੇ ਆ ਤਾਂ ਉਹ ਤੁਹਾਡੀ ਨੀਂਦ ਨੂੰ ਡਿਸਟਰਬ ਕਰਨਗੇ ਤੇ ਨੀਂਦ ਸਾਡੀ ਜਿਹੜੀ ਤੰਦਰੁਸਤੀ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਸਾਡੀ 7 ਤੋਂ 8 ਘੰਟੇ ਦੀ ਜਿਹੜੀ ਨੀਂਦ ਹੈ ਉਹ ਅੱਛੀ ਨੀਂਦ ਲੈਣਾ ਕੁਆਲਿਟੀ ਸਲੀਪ ਜਿਹੜੀ ਉਹ ਬਹੁਤ ਜ਼ਰੂਰੀ ਹੈ। ਤੇ ਜੇ ਅਸੀਂ ਕਾਫੀ ਜਿਹੜੀ ਥੋੜੀ ਜ਼ਿਆਦਾ ਕਰ ਦਿੰਨੇ ਆ ਤੁਹਾਡੀ ਨੀਂਦ ਨੂੰ ਡਿਸਟਰਬ ਕਰੇਗੀ ਤੇ ਜੇ ਤੁਸੀਂ ਅੱਛਾ ਸੌਂਗੇ ਨਹੀਂ ਤੇ ਤੁਹਾਡੀ ਬਾਡੀ ਦੀ ਰਿਪੇਅਰ ਚੰਗੀ ਨਹੀਂ ਹੋਊਗੀ ਤਾਂ ਅਸੀਂ ਏਜ ਫਾਸਟ ਹੋ ਜਾਾਂਗੇ ਤਾਂ ਉਹ ਕੋਈ ਵੀ ਨਹੀਂ ਚਾਹੁੰਦਾ ਤੇ ਰਿਪੇਅਰ ਤਾਂ ਭਾਈ ਜੀ ਮੇਰੇ ਘਰੋਂ ਵਾਲਾਂ ਨਾਲ ਹੀ ਹੁੰਦੀ ਹੈ। ਬਿਲਕੁਲ ਹੋ ਜਾਣਗੇ। ਮਤਲਬ ਜਲਦੀ ਬੁੱਢੇ ਹੋ ਜਾਣਗੇ ਤਾ ਸਾਹਿਬ। ਤੇ ਭਾਈ ਜੀ ਤੁਸੀਂ ਹੁਣ ਇਸ ਵੇਲੇ ਇਮੀਗ੍ਰੇਸ਼ਨ ਦੇ ਕਿਤੇ ਨਾਲ ਜੁੜੇ ਹੋਏ ਹੋ? ਹਾਂਜੀ। ਵਧੀਆ ਤੁਹਾਡਾ ਇਹ ਕਿੱਤਾ। ਹਾਂਜੀ। ਸੰਤੁਸ਼ਟੋਂ। ਹਾਂਜੀ। ਉਹ ਬਿਲਕੁਲ ਉਹ ਹੋਰ ਖੇਤਰ ਸੀ। ਵਹਿ ਤਾਂ ਉਸ ਖੇਤਰ ਦੇ ਵਿੱਚ ਵੀ ਜਦੋਂ ਅੱਜਕੱਲ ਕੋਈ ਮਸ਼ਹੂਰ ਹੁੰਦਾ ਤੇ ਵੀਜ਼ਾ ਲਵਾ ਕੇ ਆਉਂਦਾ ਬਾਹਰ ਹੀ ਆ ਹਾਂਜੀ ਜਾਂ ਇੱਥੋਂ ਦੂਜੇ ਦੇਸ਼ ਦੇ ਵਿੱਚ ਗਿਆ ਤੁਸੀਂ ਹੁਣ ਵੀਜ਼ੇ ਲਵਾਉਣ ਵਾਲਿਆਂ ਦੇ ਵਿੱਚੋਂ ਹਾਂਜੀ ਵੀਜ਼ੇ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਜੋ ਮੈਂ ਇੱਥੇ ਬੈਠਾ ਸੁਣਦਾ ਮੈਨੂੰ 8 ਸਾਲ ਹੋ ਗਏ ਇੱਥੇ ਆਏ ਨੂੰ ਅੱਜ ਤੱਕ ਇਹ ਕਹਿੰਦੇ ਆ ਕਿ ਹਰ ਆਈ ਥਿੰਕ ਰੇੜੀਆਂ ਦੇ ਵੀ ਵੀਜ਼ੇ ਵੇਚਣ ਲੱਗ ਗਏ ਪਰ ਪ੍ਰੋਬਲਮ ਇਹ ਹੈ ਕਿ ਸਹੀ ਔਰ ਗਲਤ ਦੀ ਪਹਿਚਾਣ ਕਰਨਾ ਜਦੋਂ ਕੀ ਹੁੰਦਾ ਕਿ ਇੱਕ ਫਲੋ ਹੁੰਦਾ ਕਿਸੇ ਚੀਜ਼ ਦਾ ਤੇ ਲੋਕਾਂ ਦਾ ਹਮੇਸ਼ਾ ਝੁਕਾ ਰਿਹਾ ਹੈ ਆਪਣੇ ਖਾਸ ਕਰਕੇ ਪੰਜਾਬੀਆਂ ਦਾ ਜਿਹੜਾ ਬਾਹਰ ਵੱਲ ਨੂੰ ਝੁਕਾ ਰਿਹਾ ਔਰ ਉਹਦੇ ਕਈ ਰੀਜਨਸ ਵੀ ਨੇ ਤੇ ਪਰ ਹਾਂ ਮੈਂ ਇਸ ਕਿਤੇ ਦੇ ਨਾਲ ਸਬੰਧ ਰੱਖਦਾ ਔਰ ਕੋਸ਼ਿਸ਼ ਕਰਦਾ ਕਿ ਜਿਸ ਤਰ੍ਹਾਂ ਅੱਜ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਜ਼ਤ ਬਣਾ ਕੇ ਰੱਖੀ ਹੋਈ ਹੈ ਸਾਡੇ ਮੂੰਹੋਂ ਜਾਂ ਸਾਡੀ ਕਲਮ ਤੋਂ ਕੁਝ ਵੀ ਇਸ ਤਰ੍ਹਾਂ ਦਾ ਨਾ ਹੋਵੇ ਕਿਸੇ ਵੀ ਪਰਿਵਾਰ ਨਾਲ ਕਿਉਂਕਿ ਜਦੋਂ ਅਸੀਂ ਮਾਈਗ੍ਰੇਟ ਹੁੰਨੇ ਆ ਇਕੱਲਾ ਇਨਸਾਨ ਮਾਈਗ੍ਰੇਟ ਨਹੀਂ ਹੁੰਦਾ ਉਹਦੀਆਂ ਉਮੀਦਾਂ ਉਹਦੇ ਪਰਿਵਾਰ ਦੇ ਸਾਰੀਆਂ ਉਮੀਦਾਂ ਉਸ ਇਨਸਾਨ ਨਾਲ ਜੁੜੀਆਂ ਹੁੰਦੀਆਂ ਔਰ ਆਪਣਾ ਕੰਟਰੀ ਛੱਡ ਕੇ ਦੂਜੇ ਕੰਟਰੀ 'ਚ ਆ ਕੇ ਸੈੱਟ ਹੋਣਾ ਬਹੁਤ ਮੁਸ਼ਕਲ ਆ ਤੇ ਆਪਾਂ ਇਹ ਚੋਣ ਕੀਤੀ ਮੇਰੇ ਜਿਹੜੇ ਵਾਈਫ ਨੇ ਉਹ ਆਰਸੀਆਈਸੀ ਨੇ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਸਾਡੀ ਕੰਪਨੀ ਦਾ ਨਾਮ ਹੈਗਾ ਜੀਐਸਐਨ ਕੈਨੇਡਾ ਇਮੀਗ੍ਰੇਸ਼ਨ ਸੋ ਆਪਾਂ ਇਥੇ ਸਰੀ ਦੇ ਵਿੱਚ ਹੀ ਆ ਤੇ ਫਿਊਚਰ ਚ ਪੰਜਾਬ ਦੇ ਵਿੱਚ ਵੀ ਸੋਚ ਰਿਹਾ ਮੈਂ ਉੱਥੇ ਵੀ ਆਪਾਂ ਆਪਣਾ ਆਫਿਸ ਸਟੈਬਲਿਸ਼ ਕਰੀਏ ਤੇ ਲੋਕਾਂ ਨੂੰ ਸਹੀ ਗਾਈਡ ਕਰੀਏ ਕਿ ਵੀ ਸਹੀ ਕੀ ਹੈ ਕਿਉਂਕਿ ਕਾਫੀ ਨਿਊਜ਼ ਆਉਂਦੀਆਂ ਰਹਿੰਦੀਆਂ ਪੰਜਾਬ ਤੋਂ ਕਿ ਐਨੇ ਫਰਾਡ ਹੋ ਗਏ ਐਨੇ ਫਰਾਡ ਹੋ ਗਏ ਤੇ ਉਹਨਾਂ ਦੇ ਪਿੱਛੇ ਕਾਫੀ ਰੀਜ਼ਨਸ ਨੇ ਕਿਤੇ ਨਾ ਕਿਤੇ ਲੈਕ ਆਫ ਨੋਲੇਜ ਵੀ ਹੈ ਕਿਉਂਕਿ ਜਿਹੜੀ ਚਾਹੇ ਸਟੂਡੈਂਟਸ ਲਾ ਲੋ ਚਾਹੇ ਆਪਾਂ ਨੋਰਮਲ ਜਿਹੜੇ ਵੀ ਹੋਰ ਤਰੀਕਿਆਂ ਦੇ ਨਾਲ ਜਾਂ ਟੂਰਿਸਟ ਵਿਜ਼ਿਟ ਕੋਈ ਆਉਂਦਾ ਕੋਈ ਫੈਮਿਲੀ ਸਪਾਂਸਰਸ਼ਿਪ ਤੇ ਆਉਂਦਾ ਪਰ ਉਹਨਾਂ ਨੂੰ ਇੱਕ ਰਾਈਟ ਐਜੂਕੇਸ਼ਨ ਦੀ ਲੋੜ ਆ ਕਿਉਂਕਿ ਇਹ ਇੱਕ ਲਾਅ ਹੈ ਕੈਨੇਡੀਅਨ ਇਮੀਗ੍ਰੇਸ਼ਨ ਲਾਅ ਦੇ ਅੰਡਰ ਹੀ ਸਭ ਕੁਝ ਹੋਣਾ ਤੇ ਲਾਅ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਔਰ ਲੋਕਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਚਿਤ ਕਰਦਾ ਵੀ ਜੇ ਮੰਨ ਲਓ ਮੌਕਾ ਮਿਲੇ ਹੋਣ ਵੀ ਭਾਈ ਆ ਪੰਜਾਬੀ ਫਿਲਮ ਚ ਆਉਣਾ ਆ ਗੀਤ ਦੇ ਵਿੱਚ ਤੁਹਾਨੂੰ ਵਿਸ਼ੇਸ਼ ਮੌਕਾ ਮਿਲਣਾ ਪੈਂਦੀ ਛੱਟੇ ਹਾਂ ਕਰ ਲਵਾਂਗੇ ਆ ਮੈਂ ਤਾਂ ਦੇਖੋ ਹਮੇਸ਼ਾ ਮੇਰੀ ਪਹਿਲੀ ਚਾਹਤ ਜਿਹੜੀ ਹੈ ਉਹ ਹਮੇਸ਼ਾ ਦਾ ਨੂੰ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਮੈਂ ਕਿਹਾ ਕਿ ਮੈਂ ਇੱਕ ਅਣਜਾਣ ਮੌਤ ਨਹੀਂ ਮਰਨਾ ਚਾਹੁੰਦਾ ਮੈਂ ਚਾਹਨਾ ਹੈ ਕਿ ਮੈਂ ਫੇਮਸ ਹੋਵਾਂ ਦੁਬਾਰਾ ਫੇਮਸ ਹੋਵਾਂ ਅੱਜ ਵੀ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਮੈਸੇਜਸ ਆਉਂਦੇ ਆ ਮੇਰੇ ਨਾਲ ਮੈਂ ਹੁਣ ਉਹਨਾਂ ਨੂੰ ਫੈਨ ਨਹੀਂ ਕਹਾਂਗਾ ਉਹ ਮੇਰੇ ਪਰਿਵਾਰ ਬਣ ਚੁੱਕੇ ਆ ਉਹ ਕੰਟੀਨਿਊਸਲੀ ਮੇਰੇ ਨਾਲ ਇੰਨੇ ਸਾਲਾਂ ਤੋਂ ਮੈਂ ਟੀਵੀ ਤੇ ਨਹੀਂ ਆ ਉਹ ਅੱਜ ਵੀ ਮੈਨੂੰ ਪੁੱਛਦੇ ਆ ਭਾਜੀ ਤੁਹਾਡੀ ਨੈਕਸਟ ਮੂਵੀ ਕਦੋਂ ਆ ਰਹੀ ਸਹੀ ਭਾਜੀ ਤੁਹਾਡੀ ਨੈਕਸਟ ਮੂਵੀ ਕਦੋਂ ਆ ਰਹੀ ਹੈ ਤੇ ਉਹ ਚੀਜ਼ ਮੈਨੂੰ ਕਦੀ ਵੀ ਮੇਰੀ ਉਹ ਜਿਹੜੀ ਆਗ ਹੈ ਉਹਨੂੰ ਬੁਝਣ ਨਹੀਂ ਦਿੰਦਾ ਸਹੀ ਤੇ ਅੱਜ ਮੈਂ ਉਮੀਦ ਕਰਦਾ ਕਿ ਮੈਂ ਅੱਜ ਅੱਛੀਆਂ ਫਿਲਮਾਂ ਬਣ ਰਹੀਆਂ ਆ ਅੱਛੇ ਰਾਈਟਰਸ ਨੇ ਅੱਛੇ ਡਾਇਰੈਕਟਰਸ ਨੇ ਔਰ सिनेਮਾਟੋਗ੍ਰਾਫੀ ਦਾ ਬਹੁਤ ਉੱਚਾ ਲੈਵਲ ਹੋ ਚੁੱਕਿਆ ਪੰਜਾਬੀ ਫਿਲਮਾਂ ਕਿਤੇ ਨਾ ਕਿਤੇ ਮਤਲਬ ਬਾਲੀਵੁੱਡ ਹਾਲੀਵੁੱਡ ਦੀਆਂ ਫਿਲਮਾਂ ਦੇ ਨਾਲ ਲੱਗਦੀਆਂ ਸੇਮ ਹਿਟਰ ਦੇ ਵਿੱਚ ਤੇ ਲੋਕੀ ਉਹਨਾਂ ਨੂੰ ਛੱਡ ਕੇ ਪੰਜਾਬੀ ਫਿਲਮ ਨੂੰ ਦੇਖਣ ਜਾਂਦੇ ਆ ਔਰ ਇਹ ਬਹੁਤ ਮਾਣ ਦੀ ਗੱਲ ਆ ਔਰ ਮੈਂ ਵੀ ਇਸ ਮਾਣ ਭਰੀ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੁੰਦਾ ਬਹੁਤ ਖੁਸ਼ ਹਾਂਜੀ ਸੋ ਅਸੀਂ ਤਾਂ ਆਪ ਚਾਹੁੰਦੇ ਆ ਕਿ ਜਲਦੀ ਤੁਹਾਡੀ ਇਹ ਜਿਹੜੀ ਉਮੀਦ ਹੈ ਕਾਮਨਾ ਹੈ ਜਿਹੜੀ ਤੁਹਾਡੀ ਉਹ ਜ਼ਰੂਰ ਪੂਰੀ ਹੋਵੇ ਬਾਕੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਆਪਾਂ ਹੁਣ ਟੈਨਾਸਾਬ ਪ੍ਰੋਗਰਾਮ ਬਿਲਕੁਲ ਜੀ ਅਸੀਂ ਤੁਹਾਡੀ ਚੜ੍ਹਦੀ ਕਲਾ ਦੇ ਲਈ ਬਾਈ ਕਾਮਨਾ ਕਰਦੇ ਆ ਤੁਹਾਡੀ ਉਮਰ ਲੰਮੀ ਹੋਵੇ ਤੁਸੀਂ ਫੇਰ ਛਾ ਜਾਓ ਉਸ ਕਲਾ ਖੇਤਰ ਦੇ ਵਿੱਚ ਤੇ ਜਿਹੜੇ ਖੇਤਰ ਦੇ ਵਿੱਚ ਹੁਣ ਛਾਏ ਹੋਏ ਹੋ ਇਹ ਤਾਂ ਬਸ ਬਰਕਰਾਰ ਰਹੇ ਤੇ ਅਸੀਂ ਫਰੈਂਡਜ਼ ਫਰਨੀਚਰ ਮਾਲ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਜਿੱਥੇ ਮਰਜ਼ੀ ਸੋਫੇ ਤੇ ਬੈਠ ਕੇ ਮੁਲਾਕਾਤ ਕਰਨ ਦੀ ਇਜਾਜ਼ਤ ਦਿੰਦੇ ਆ ਨਹੀਂ ਤਾਂ ਇੰਨੇ ਸੋਫਿਆਂ ਦੇ ਉੱਤੇ ਰੰਗ ਵਰਗੇ ਕਿਤੇ ਕਾਲਾ ਕਿਤੇ ਨੀਲਾ ਕਿਤੇ ਗੁਲਾਬੀ ਕਿਤੇ ਨੀਲਾ ਕਿਤੇ ਤੋਤੇ ਰੰਗਾ ਕਮਾਲਾ ਹੋਈਆਂ ਪਈਆਂ ਬਿਲਕੁਲ ਅਸੀਂ ਵੀ ਜਿਹੜਾ ਮਰਜ਼ੀ ਚੁੜ ਕੇ ਉੱਤੇ ਬਹਿ ਜਾਂਦੇ ਆ ਉੱਥੇ ਬਹਿ ਜਾਂਦੇ ਆ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਮੈਂ ਵੀ ਤੁਹਾਡਾ ਦੋਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਕਾਫੀ ਸਮੇਂ ਤੋਂ ਮੈਂ ਨਈ ਆਪਣੇ ਜਾਣ ਵਾਲਿਆਂ ਦੇ ਰੂਬਰੂ ਹੋ ਪਾਇਆ ਸੀ ਤੇ ਤੋ ਤੁਸੀਂ ਦੋਵਾਂ ਨੇ ਮੈਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਏ ਹੋ ਔਰ ਉਮੀਦ ਕਰਦਾ ਕਿ ਜਿਨ੍ਹਾਂ ਨੇ ਵੀ ਮੈਨੂੰ ਤੁਹਾਡੇ ਰਾਹ ਸੁਣਿਆ ਉਹਨਾਂ ਨੂੰ ਇਹ ਇੰਟਰਵਿਊ ਵੀ ਚੰਗੀ ਲੱਗੀ ਹੋਵੇਗੀ ਜੀ ਬਿਲਕੁਲ ਔਰ ਤੁਹਾਡੇ ਇਹ ਮੈਨੂੰ ਟਾਈਮ ਦੇਣ ਲਈ ਤੁਹਾਡਾ ਬਹੁਤ 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 ਧੰਨਵਾਦ ਦੁਬਾਰਾ ਜਦੋਂ ਕਿਤੇ ਮੌਕਾ ਮਿਲੇ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਫਿਲਹਾਲ ਸਾਨੂੰ ਤੇਨਾਂ ਨੂੰ ਇਜਾਜ਼ਤ ਆਪਣੀ ਪ੍ਰਤੀਕਿਰਿਆ ਜ਼ਰੂਰ ਸੱਟ ਤੇ ਪਹੁੰਚਾਇਆ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ 우아 비하즈래 잔치다 미자